ਆ ਰਹੇ ਆ ਅਲਰਟ ਲੈਵਲ ਤੋਂ ਥੱਲੇ ਚੱਲ ਰਿਹਾ ਸੀ ਹੁਣ ਬ੍ਰੇਕਿੰਗ ਨਿਊਜ਼ ਹੈ ਜੋ ਵੱਡੀ ਖਬਰ ਇਸ ਵੇਲੇ ਦੀ ਏ ਔਰ ਕਬਰਾਟ ਵਾਲੀ ਖਬਰ ਵੀ ਹੈ ਕਿ ਜਿਹੜਾ ਪਾਣੀ ਦਾ ਪੱਧਰ ਹੈ ਵਾਟਰ ਫਲੋ ਹੈ ਜਿਹੜਾ ਉਹ ਅਲਰਟ ਲੈਵਲ ਤੋਂ ਹੁਣ ਉੱਤੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਅਲਰਟ ਲੈਵਲ ਜੋ ਲਿਖਿਆ ਹੋਇਆ ਸੀਗਾ ਜੋ ਸਵੇਰ ਤੋਂ ਨਜ਼ਰ ਆ ਰਿਹਾ ਸੀ ਸਾਨੂੰ ਔਰ ਲਗਾਤਾਰ ਇਸ ਦੇ ਉੱਤੇ ਅਸੀਂ ਕਵਰੇਜ ਕਰ ਰਹੇ ਸੀਗੇ ਔਰ ਹੁਣ ਉਹ ਅਲਰਟ ਲੈਵਲ ਡੁੱਬ ਗਿਆ ਪਾਣੀ ਜਿਹੜਾ ਉਹ ਪੱਧਰ ਜਿਹੜਾ ਅਲਰਟ ਲੈਵਲ ਤੋਂ ਉੱਪਰ ਹੋ ਗਿਆ 777 ਦੇ ਨੇੜੇ ਪਾਣੀ ਜਿਹੜਾ ਪਹੁੰਚ ਗਿਆ ਪਹਿਲਾ 775 ਤੋਂ 76 ਦੇ ਵਿਚਾਲੇ ਇਹ ਫੁੱਟਾਂ ਦੇ ਵਿੱਚ ਮਣੀ ਹੋਈ ਜਿਹੜੀ ਹੈ ਇਹ ਮਾਪਿਆ ਜਾਂਦਾ ਔਰ ਇਹ ਪੱਧਰ ਚੱਲ ਰਿਹਾ ਸੀ ਹੁਣ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਕਿਉਂਕਿ ਸਵੇਰ ਤੋਂ ਜੋ ਜਾਣਕਾਰੀ ਆ ਰਹੀ ਸੀ ਲਗਾਤਾਰ ਡੀਸੀ ਲੁਧਿਆਣਾ ਨੇ ਵੀ ਦੱਸਿਆ ਸੀ ਕਿ ਰੋਪੜ ਹੈਡਵਰਕਸ ਤੋਂ 2 ਲੱਖ ਕਿਊਸਿਕ ਤੋਂ ਵੱਧ ਪਾਣੀ ਜਿਹੜਾ ਉਹ ਛੱਡਿਆ ਗਿਆ 58000 ਦੇ ਕਰੀਬ ਸਤਲੁਜ ਦੀ ਕਪੈਸਿਟੀ ਹੈ ਤਾਂ ਲਗਭਗ 4 ਗੁਣਾ ਪਾਣੀ ਛੱਡਿਆ ਗਿਆ ਸੀ ਪਾਣੀ ਦਾ ਪੱਧਰ ਇੱਕਦਮ ਨਹੀਂ ਵੱਧਦਾ ਹੁੰਦਾ ਹੌਲੀ-ਹੌਲੀ 6 ਤੋਂ 8 ਘੰਟੇ ਲੱਗਦੇ ਆ ਲੁਧਿਆਣਾ ਤੱਕ ਪਾਣੀ ਆਉਣ ਤੇ ਔਰ ਹੁਣ ਜੋ ਹਾਲਾਤ ਬਣੇ ਨੇ ਲੁਧਿਆਣਾ ਦੇ ਹੋਏ ਨੇ ਕਿ ਪਾਣੀ ਦਾ ਪੱਧਰ ਜਿਹੜਾ ਉਹ 777 ਫੁੱਟ ਦੇ ਨੇੜੇ ਹੋ ਚੱਲਿਆ 76 ਜਿਹੜਾ ਉਹ ਦਿਸਣੋਂ ਹਟ ਗਿਆ 77 ਦੇ ਨੇੜੇ ਹੋ ਗਿਆ ਔਰ 77 ਤੋਂ 78 ਵੱਲ ਹੋਰ ਵੱਧ ਰਿਹਾ ਪਾਣੀ ਅਲਰਟ ਲੈਵਲ ਲਿਖਿਆ ਹੋਇਆ ਸੀ ਸਵੇਰ ਤੋਂ ਅਸੀਂ ਦਿਖਾ ਰਹੇ ਸੀ ਤੁਹਾਨੂੰ ਕਿ ਅਲਰਟ ਲੈਵਲ ਜਿਹੜਾ ਸੇਗਾ ਉਹ ਹੁਣ ਨਜ਼ਰ ਨਹੀਂ ਆ ਰਿਹਾ ਅਲਰਟ ਲੈਵਲ ਕਾਲੇ ਰੰਗ ਦੀ ਪੱਟੀ ਦੇ ਉੱਤੇ ਅਲਰਟ ਲੈਵਲ ਲਿਖਿਆ ਸੀ ਉਹ ਅਲਰਟ ਲੈਵਲ ਨਜ਼ਰ ਨਹੀਂ ਆ ਰਿਹਾ ਵਾਟਰ ਫਲੋ ਹੈ ਜਿਹੜਾ ਉਹ ਹੋਰ ਵੱਧ ਗਿਆ ਔਰ ਇਹ ਖਤਰੇ ਦੀ ਗੱਲ ਹੈ ਇਹ ਮਾੜੀ ਗੱਲ ਹੈ ਕਿਉਂਕਿ ਜੇਕਰ ਪਾਣੀ ਦਾ ਪੱਧਰ ਹੋਰ ਵੱਧਦਾ ਤਾਂ ਇਸ ਤੋਂ ਬਾਅਦ ਪਾਣੀ ਦਾ ਪੱਧਰ ਵਧਨ ਨਾਲ ਪਿੰਡਾਂ ਦੇ ਵਿੱਚ ਹੜ ਔਨ ਦਾ ਡਰ ਖਦਸ਼ਾ ਜਿਹੜਾ ਉਹ ਪੈਦਾ ਹੋ ਜਾਂਦਾ ਨੇੜੇ ਤੇੜੇ ਦੇ ਜਿੰਨੇ ਪਿੰਡ ਨੇ ਕੰਡੇ ਤੇ ਵਸੇ ਹੋਏ ਪਿੰਡ ਉਥੋਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਦੇਰ ਰਾਤ ਤੋਂ ਬਣਿਆ ਸੀ ਜਦੋਂ ਤੋਂ ਲਗਾਤਾਰ ਮੀਂਹ ਪੈਣਾ ਸ਼ੁਰੂ ਹੋਇਆ ਔਰ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਸੀਗਾ ਕਿ ਕਿਤੇ ਕੋਈ ਪਾੜਨਾ ਪੈ ਜਾਏ ਕਿਤੇ ਕੋਈ ਬੰਨਣਾ ਟੁੱਟ ਜਾਏ ਔਰ ਹੁਣ ਲਗਾਤਾਰ ਅਸੀਂ ਸਵੇਰ ਤੋਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਸੀ ਕੋਈ ਪੈਨਿਕ ਦੀ ਸਿਚੁਏਸ਼ਨ ਨਹੀਂ ਹੈ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਪਰ ਹੁਣ ਜੋ ਤਾਜ਼ਾ ਅਸੀਂ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਪਾਣੀ ਦਾ ਪੱਧਰ ਅਲਰਟ ਲੈਵਲ ਤੋਂ ਵਧਿਆ ਹੈ ਔਰ ਸਾਡੇ ਨਾਲ ਇਸ ਵੇਲੇ ਨੌਜਵਾਨ ਆਗੂ ਗਗਨਦੀਪ ਸਿੰਘ ਸਨੀ ਕੈਂਥ ਵੀ ਮੌਜੂਦ ਨੇ ਕੈਂਥ ਸਾਹਿਬ ਇੱਥੇ ਆਏ ਹੋ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਹਾਲਾਤ ਤੁਹਾਨੂੰ ਠੀਕ ਲੱਗ ਰਹੇ ਜਾਂ ਫਿਰ ਇਹਦੇ ਵਿੱਚ ਵੀ ਕੋਈ ਸਮੱਸਿਆ ਲੱਗ ਰਹੀ ਹੈ ਨਹੀਂ ਹਾਲਾਤ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਮਕਰ ਸਾਹਿਬ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਲੈਵਲ ਥੋੜੇ ਘੰਟੇ ਪਹਿਲਾਂ 776 ਔਰ ਲੋਅਰ ਲੈਵਲ ਤੇ ਸੀਗਾ ਤੇ ਹੁਣ 776 ਕ੍ਰੋਸ ਕਰਕੇ 779 ਜਿਹੜਾ 779 ਜਿਹੜਾ ਜਿਹੜਾ ਲਾਸਟ ਲੈਵਲ ਆ ਜਿਹੜਾ ਜੇ ਉੱਥੇ ਪਾਣੀ ਗਰ ਸਮਝ ਲਓ ਆਪਾਂ ਜਿੱਥੇ ਖੜੇ ਆ ਇੱਥੇ ਵੀ ਪਾਣੀ ਆਇਆ ਹੈ ਨਾ ਪਿੱਛੇ ਮੰਦਰ ਹੈਗਾ ਇੱਥੇ ਵੀ ਪਾਣੀ ਆਇਆ ਹੈ ਨਾ ਸੋ ਇਹ ਤਾਂ ਪ੍ਰਸ਼ਾਸਨ ਵੱਲੋਂ ਇੱਕ ਮੂਹਕ ਦਰਸ਼ਕ ਬਣ ਕੇ ਤਮਾਸ਼ਾ ਦੇਖਿਆ ਜਾ ਰਿਹਾ ਵੀ ਕਦੋਂ ਪਾਣੀ ਉੱਪਰ ਆਊਗਾ ਤਾਂ ਅਸੀਂ ਕੋਈ ਕੰਮ ਸ਼ੁਰੂ ਕਰਾਂਗੇ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਏਵੈਕੂਏਸ਼ਨ ਵਗੈਰਾ ਕਰਨੀ ਚਾਹੀਦੀ ਹੈ ਲੋਕਾਂ ਨੂੰ ਅਗਾਹ ਕਰਨਾ ਚਾਹੀਦਾ ਦੇਖੋ ਜੀ ਲੋਕਾਂ ਨੂੰ ਤਾਂ ਬਿਲਕੁਲ ਅਗਾਹ ਕਰਨਾ ਚਾਹੀਦਾ ਪਿੰਡਾਂ ਦੇ ਵਿੱਚ ਪਰ ਏਵੈਕੂਏਸ਼ਨ ਕਿਤੇ ਨਾ ਕਰਨਗੇ ਜਿਹੜੀ ਏਵੈਕੂਏਸ਼ਨ ਦੀ ਕੀ ਕਰ ਜਿੰਦਗੀ ਦੇ ਵਿੱਚ ਤੇ ਉਹਦੇ ਨਾਲੇ ਕੁਛ ਨਹੀਂ ਕਰਾਂਗੇ ਉਹ ਤਾਂ ਪਹਿਲਾਂ ਹੀ ਟੁੱਟੀ ਪਈ ਆ ਮਤਲਬ ਇਹਨਾਂ ਨੂੰ ਮੈਨੂੰ ਲੱਗਦਾ ਵੀ ਪਿੰਡਾਂ ਦੇ ਲੋਕਾਂ ਨੂੰ ਜਿਵੇਂ ਅਸੀਂ ਪਿੰਡਾਂ ਦੇ ਵਿੱਚ ਅਸੀਂ ਅੱਗੇ ਨਾਲ ਅਸੀਂ ਟਾਇਰ ਲੈ ਕੇ ਟਿਊਬਾਂ ਵਲਾ ਕੇ ਅਸੀਂ ਆਪਦੇ ਨੂੰ ਪਾਣੀ ਵਿੱਚ ਖੇੜਦੇ ਹੁੰਦੇ ਸੀ ਮੈਨੂੰ ਲੱਗਦਾ ਅੱਜ ਲੋਕਾਂ ਨੂੰ ਪਿੰਡ ਵਾਲਿਆਂ ਨੂੰ ਵੀ ਐ ਕਰਨਾ ਪੈਣਾ ਵੀ ਟਿਊਬਾਂ ਨੂੰ ਹਵਾ ਭਰ ਕੇ ਰੱਖਣ ਵੀ ਆਪ ਦੀ ਸੇਫਟੀ ਆਪ ਕਰਨੀ ਪਣੀ ਸਾਰਿਆਂ ਨੂੰ ਬੜੇ ਨਾਜ਼ੁਕ ਤੇ ਸੀਰੀਅਸ ਹਾਲਾਤ ਬਣੇ ਹੋਏ ਆ ਤੁਹਾਨੂੰ ਲੱਗਦਾ ਹੈ ਕਿ ਰਾਤ ਦਾ ਮਾਹੌਲ ਜਿਹੜਾ ਅੱਜ ਦੀ ਰਾਤ ਰਹਿਣ ਵਾਲੀ ਹੈ ਕਾਸਰ ਕੇ ਜਿਹੜੇ ਕੰਡੇ ਦੇ ਉੱਤੇ ਵਸਦੇ ਪਿੰਡ ਨੇ ਦੋਨਾਂ ਪਾਸੇ ਸਾਤਲੂਈ ਦੇ ਪਰਲੇ ਪਾਸੇ ਜਲੰਧਰ ਵਾਲਾ ਏਰੀਆ ਆਪਣੇ ਵਾਲੇ ਪਾਸੇ ਇੱਧਰ ਲੁਧਿਆਣੇ ਵਾਲਾ ਬੜੇ ਨਾਜ਼ੁਕ ਖਲਾਤ ਨੇ ਮੁਖਰ ਸਾਹਿਬ ਦੇਖੋ ਜਿਹੜਾ ਜਿੱਥੇ ਖੜੇ ਆ ਆਪਾਂ ਇਹਦਾ ਬਸ ਸਰਕਲ ਲੈ ਲਈਏ 5 ਕਿਲੋਮੀਟਰ ਦਾ ਇੱਧਰਲੇ ਪਾਸੇ ਤਲਵੰਡੀ ਕਲਾਂ ਫਤਿਹਪੁਰ ਲਾਡੋਵਾਲ ਇਤਲੇ ਬਸੇ ਫਲੋਰ ਪਿੰਡ ਆ ਜਾਂਦਾ ਤੇ ਇਧਰ ਰੱਜੋਵਾਲ ਹੋ ਗਿਆ ਖੈਰਾ ਵੇਟ ਹੋ ਗਿਆ ਸਾਰੇ ਬੰਦ ਦੇ ਉੱਪਰ ਜਿੰਨੇ ਪਿੰਡ ਹੈਗੇ ਸਾਰੇ ਖਤਰੇ ਜੀ ਨੇ ਜਦੋਂ ਕੋਈ ਨੁਕਸਾਨ ਹੋਣਾ ਜਿੰਨੀ ਫਸਲ ਦਾ ਕਿਸਾਨਾਂ ਦੀ ਨੁਕਸਾਨ ਹੋਣਾ ਜਿੰਨਾ ਜਾਨਮਾਲ ਦਾ ਉਹਨਾਂ ਨੂੰ ਨੁਕਸਾਨ ਹੋਣਾ ਡੰਗਰਾਂ ਦਾ ਨੁਕਸਾਨ ਹੋਣਾ ਡੰਗਰ ਮਰਦੇ ਆ ਕਰੰਟ ਆ ਜਾਂਦਾ ਪਾਣੀ ਦੇ ਵਿੱਚ ਉਹਦੇ ਨਾਲ ਮਰ ਜਾਂਦੇ ਆ ਫਸਲਾਂ ਖਤਮ ਹੋ ਜਾਂਦੀਆਂ ਨੇ ਤੇ ਨੁਕਸਾਨ ਤਾਂ ਲੋਕਾਂ ਦਾ ਹੀ ਆ ਨਾ ਇਹਦਾ ਕਿੰਨਾ ਨੁਕਸਾਨ ਹੋਣਾ ਪਰ ਇਹਦੇ ਵਾਸਤੇ ਮੁਆਵਜ਼ਾ ਕੌਣ ਦੇਊਗਾ ਉਹਨੂੰ ਜਾਂ ਉਹਦੇ ਵਾਸਤੇ ਪਹਿਲਾਂ ਪ੍ਰਸ਼ਾਸਨ ਨੇ ਇਹੋ ਜਿਹੇ ਕਿਹੜੇ ਪੈਰਾਮੀਟਰ ਤੈਅ ਕੀਤੇ ਆ ਵੀ ਅਸੀਂ ਇਹਨਾਂ ਨੂੰ ਇਹਦਾ ਇਹਨਾਂ ਦਾ ਨ ਆਸ਼ੂ ਭਾਰਤ ਪੁਸ਼ਪਨ ਆਸ਼ੂ ਕੈਬਨਿਟ ਮਨਿਸਟਰ ਜਾਇਜ਼ਾ ਲੈ ਕੇ ਗਏ ਸਾਰੇ ਪਾਸੇ ਉਹਨਾਂ ਨੇ ਬੜੀ ਤਾਰੀਫ਼ ਕੀਤੀ ਹੈ ਕਹਿੰਦੇ ਇਹੋ ਜੇ ਤਾਂ ਮੈਂ ਪ੍ਰਬੰਧ ਕਦੇ ਦੇਖਿਆ ਹੀ ਨਹੀਂ ਅਜੇ ਤੱਕ ਪਤਾ ਨਹੀਂ ਕਿਹੜੇ ਪ੍ਰਬੰਧਾਂ ਦੀ ਤਾਰੀਫ਼ ਕਰ ਗਿਆ ਆਸ਼ੂ ਜੀ ਤੇ ਜੇ ਕੋਈ ਲੱਗਿਆ ਹੋਣਾ ਉਹਨਾਂ ਨੂੰ ਮੈਨੂੰ ਤਾਂ ਕੋਈ ਲੱਗਦਾ ਨਹੀਂ ਇੱਥੇ ਕੋਈ ਇਹੋ ਜੀ ਕੀ ਕਹਿ ਰਹੇ ਹੋ ਜੀ ਇੱਥੇ ਕਿਹੜੀ ਕੋਈ ਆਰਮੀ ਲੱਗੀ ਹੋਈ ਆ ਕੋਈ ਭੁਗਤਾਨ ਇੰਤਜ਼ਾਮ ਦਾ ਦਿਸਦਾ ਨਹੀਂ ਨਜ਼ਰ ਨਹੀਂ ਆ ਰਿਹਾ ਤੁਸੀਂ ਦੇਖ ਲਓ ਸਾਹਮਣੇ ਤੁਸੀਂ ਫੜੇ ਸਾਹਮਣੇ ਹੀ ਆ ਕੋਈ ਇੰਤਜ਼ਾਮ ਨਹੀਂ ਹੈਗਾ ਜੀ ਇੰਤਜ਼ਾਮ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਸਾਡੇ 10ਵੇਂ ਦੀ ਸਰ ਕੋ ਕੁਇੰਤਿਆਂ ਨਹੀਂ ਸਮਝ ਰਿਹਾ ਆ ਰਿਹਾ ਆ ਪਬਲਿਕ ਖੜੀ ਹੈ ਹਾਂਜੀ ਆਮ ਪਬਲਿਕ ਖੜੀ ਹੈ ਜੀ ਮੈਂ ਦੇਖ ਲਓ ਬਾਕੀ ਤਾਂ ਹੋਰ ਤਾਂ ਕੋਈ ਪ੍ਰਸ਼ਾਸਨ ਦਨਾ ਚ ਰਿਹਾ ਜੀ ਅਸੀਂ ਵੀ ਵੈਸੇ ਸਵੇਰ ਤੋਂ ਇੱਥੇ ਖੜੇ ਆ ਪ੍ਰਸ਼ਾਸਨ ਦਾ ਤੇ ਆਸ਼ੂ ਜੀ ਵੀ ਆਪ ਇੱਥੇ ਨਹੀਂ ਆਏ ਕੈਨ ਸਾਹਿਬ ਕੀ ਸਟੈਪਸ ਹੋਣੇ ਚਾਹੀਦੇ ਹੈਗੇ ਆ ਕਿ ਅਰਜੈਂਟਲੀ ਕੀ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਦੇਖੋ ਜੀ ਅਰਜੈਂਟਲੀ ਇਹਨਾਂ ਨੂੰ ਵੇਟ ਇਹਨਾਂ ਦਾ ਕਰਦੇ ਜਦੋਂ ਸੰਗਰੂਰ ਦੇ ਵਿੱਚ ਐਨਡੀਆਰਐਫ ਇਹਨਾਂ ਨੇ ਤਨਾਤ ਕੀਤੀ ਸੀ ਜਦੋਂ ਪਾਣੀ 6 6 ਫੁੱਟ ਭਰ ਜਾਂਦਾ 10 10 ਫੁੱਟ ਭਰ ਜਾਂਦਾ ਉਦੋਂ ਇਹ ਬੁਲਾ ਲੈਂਦੇ ਆ ਇਹਨਾਂ ਨੂੰ ਚਾਹੀਦਾ ਪਹਿਲਾਂ ਬੁਲਾ ਲਓ ਐਨਡੀਆਰਐਫ ਪਹਿਲਾਂ ਬੁਲਾ ਲਓ ਆਰਮੀ ਜੇ ਤੁਹਾਨੂੰ ਲੱਗਦਾ ਵੀ ਇੱਥੇ ਕੋਈ ਪ੍ਰੋਬਲਮ ਇਦਾਂ ਦੀ ਹੋਣ ਵਾਲੀ ਹੈ ਤੇ ਐਨਡੀਆਰਐਫ ਤੇ ਆਰਮੀ ਘਟੋ ਘਟ ਉਹਨਾਂ ਰੈਸਕਿਊ ਤਾਂ ਕਰ ਲੂਗੀ ਨਾ ਤੇ ਬਾਅਦ ਚ ਬੁਲਾਉਣ ਨਾਲ ਜੇ ਪਛਤਾਉਣ ਨਾਲ ਫਾਇਦਾ ਕੀ ਹੈ ਜੇ ਪਹਿਲਾਂ ਹੀ ਆਪਾਂ ਸਵਾਰ ਲਈਏ ਪਰ ਜਦੋਂ ਪਤਾ ਹੈ ਕਿ ਪਾਣੀ ਇੰਨਾ ਛੱਡ ਦਿੱਤਾ ਗਿਆ ਪਾਣੀ 2,36,00 ਤੇ ਪਿੱਛੋਂ ਪਾਣੀ ਪੂਰਾ ਇੱਕ ਘੰਟੇ ਦਾ ਦੋ ਘੰਟੇ ਤੱਕ ਸਾਨੂੰ ਪਤਾ ਲੱਗ ਜਾਊਗਾ ਜਿੱਥੇ ਆਪਾਂ ਖੜੇ ਆ ਇਸ ਟਾਈਮ ਇਹ ਵੀ ਪਾਣੀ ਨਾਲ 5-5 ਫੁੱਟ ਭਰ ਜਾਣਾ ਤੇ ਇਹਨਾਂ ਪ੍ਰਸ਼ਾਸਨ ਤੁਸੀਂ ਆਲੇ-ਦੁਆਲੇ ਦੇਖ ਸਕਦੇ ਹੋ ਪੁਲਿਸ ਵਾਲੇ ਜਰੂਰ ਵਿਚਾਰੇ ਤਨਾਤ ਕੀਤੇ ਹੋਇਆ ਤੇ ਇਹ ਵਿਚਾਰੇ ਕੀ ਕਰਨਗੇ ਇੱਥੇ ਜਦ ਕੰਮ ਤਾਂ ਐਨਡੀਆਰ ਦੀ ਟੀਮ ਨੇ ਕਰਨਾ ਹੈ ਆਰਮੀ ਨੇ ਕਰਨਾ ਇਹ ਇੱਥੇ ਕੀ ਕਰਨਗੇ ਇਹ ਡੰਡੇ ਲਾ ਕੇ ਇੱਥੇ ਖੜੇ ਆ ਕੋਈ ਡੰਡੇ ਨਾਲ ਪਾਣੀ ਤਾਂ ਰੋਕ ਨਹੀਂ ਸਕਦੇ ਪਾਣੀ ਤਾਂ ਆਪਾਂ ਨੂੰ ਕੋਈ ਇੱਥੇ ਸਪੈਸੀਫਿਕ ਪੈਰਾਮੀਟਰ ਹੈ ਜਿਹੜੇ ਪ੍ਰਸ਼ਾਸਨ ਦੇ ਐਨਡੀਆਰ ਦੀਆਂ ਟੀਮਾਂ ਦੇ ਹੁੰਦੇ ਜਿਹੜਾ ਉਹਨਾਂ ਕੋਲੇ ਸਿਸਟਮ ਹੁੰਦਾ ਹੈ ਇੱਕ ਪਾਣੀ ਰੋਕਣ ਦਾ ਪਾਣੀ ਰੋਕੂ ਬਹੁਤ ਸਾਰੇ ਯੰਤਰ ਹੁੰਦੇ ਹਨ ਉਹਨਾਂ ਕੋਲੇ ਤੇ ਇਹ ਤਾਂ ਰੋਕ ਨਹੀਂ ਸਕਦੇ ਤਾਂ ਐਨਡੀਆਰ ਨੂੰ ਤਿਆਰ ਕਰਨਾ ਪੈਣਾ ਜਾਂ ਡੀਸੀ ਸਾਹਿਬ ਨੂੰ ਤਿਆਰ ਕਰਨਾ ਪੈਣਾ ਇਸ ਉਫਾਨ ਤੇ ਲੁਧਿਆਣੇ ਦੇ ਨੇੜੇ ਤੇੜੇ ਜਿੰਨੇ ਲੋਕ ਰਹਿੰਦੇ ਆ ਕਹਿੰਦੇ ਜਾਂ 88 ਚ ਦੇਖਿਆ ਸੀ ਜਾਂ ਹੁਣ ਦੇਖਿਆ ਜੀ ਇੰਨਾ ਪਾਣੀ ਸਤਲੁਜ ਦੇ ਵਿੱਚ ਨਹੀਂ ਕਾਫੀ ਸਾਲਾਂ ਤੋਂ ਨਹੀਂ ਆਇਆ 88 ਤੋਂ ਬਾਅਦ ਨਹੀਂ ਆਇਆ ਇੰਨਾ ਪਾਣੀ ਨਹੀਂ ਕਦੇ ਆਇਆ ਜੀ 88 ਤੋਂ ਬਾਅਦ ਨਹੀਂ ਆਇਆ ਇਹ ਹੁਣ ਹੀ ਦੇਖਿਆ ਬਿਲਕੁਲ ਅੱਜ ਦੇਖਿਆ ਜੀ ਪਰ ਇਹ ਹੁਣੇ ਡਰ ਦਾ ਮਾਹੌਲ ਹੈਗਾ ਜੀ ਪਿੰਡਾਂ 'ਚ ਕਿਤੇ ਕੋਈ ਪਾੜ ਨਾ ਪੈ ਜਾਏ ਜਾਂ ਕੋਈ ਬੰਨ੍ਹ ਨਾ ਟੁੱਟ ਜਾਵੇ ਨਹੀਂ ਡਰ ਦਾ ਮਾਹੌਲ ਤਾਂ ਹੈਗਾ ਹੀ ਹੈਗਾ ਜੀ ਜਿੰਨਾ ਤੇ ਪਾਣੀ ਘਟਦਾ ਨਹੀਂ ਆ ਹੂੰ ਠੀਕ ਹੈ ਨਾ ਇਹ ਤਾਂ ਪਹਿਲੇ ਚਾਹੀਦਾ ਜੀ ਪਾਖੜਾ ਬੈਸ ਮੈਨੇਜਮੈਂਟ ਬੋਰਡ ਨੂੰ ਜਦੋਂ ਪ 65 70 ਫੁੱਟ ਤੋਂ ਕ੍ਰੋਸ ਕੀਤਾ ਜੀ 1600 ਤੋਂ ਜਾ ਕੇ ਜੀ ਇਹ ਕਿਉਂ 80 ਫੁੱਟ ਨੂੰ ਵੇਟ ਕਰੀ ਜਾਂਦੇ ਨੇ ਹਮ ਅਜੇ ਫਿਲਿੰਗ ਸੀਜ਼ਨ ਦਾ ਮੇਰੇ ਖਿਆਲ ਜਿਹੜਾ ਇਹ ਸਤੰਬਰ ਐਂਡ ਤੱਕ ਆ ਜੀ ਅ ਅਗਸਟ ਐਂਡ ਤੱਕ ਹੈ ਜੀ ਠੀਕ ਹੈ ਜੀ ਸਤੰਬਰ ਜਿਹੜੇ ਕਿ ਪਿੱਛੇ ਫਲੱਡ ਆਏ ਨੇ ਸਤੰਬਰ ਚਾਇਰ ਵੇਸ ਜਾ ਕੇ ਜੀ ਪਰ ਜਦੋਂ 88 ਚਾਈ ਸੀ ਜਦੋਂ 88 ਜਾਇਆ ਸੀ ਸਤੰਬਰ ਚਾਇ ਸੀ ਜਿਹੜੇ ਮੋਸਟਲੀ 55 ਚ ਸਾਡੇ ਵਰਸ ਤੋਂ ਪਹਿਲਾਂ ਦੀ ਗੱਲ ਹੈ 55 ਦਾ ਜਿਹੜਾ ਫਲੱਡ ਆ ਉਹ ਵੀ 20 ਸਤੰਬਰ ਤੋਂ ਬਾਅਦ ਆਇਆ ਹਮ 88 ਦਾ ਵੀ 20 ਸਤੰਬਰ ਤੋਂ ਬਾਅਦ ਆਇਆ 22 ਸਤੰਬਰ ਦੇ ਲਾਗੇ ਤੱਕ ਆਇਆ ਸੀਗਾ ਉਸ ਹੱਬ ਨਾਲ ਜੇ ਪਿਛਲਾ ਰਿਕਾਰਡ ਦੇਖਿਆ ਜਾਵੇ ਫਲੱਡ ਆਉਣ ਦੇ ਚਾਂਸ ਘਟਨੇ ਫਲੱਡ ਜਿੰਨੇ ਆਏ ਨੇ ਪਿਛਲੇ ਰਿਕਾਰਡ ਦੇ ਅਨੁਸਾਰ ਕਿ 77 ਚ ਆਇਆ ਉਹ ਸਤੰਬਰ ਚ ਆਇਆ ਇਹ ਹੁਣ ਪਤਾ ਨਹੀਂ ਕੀ ਕੁਦਰਤ ਦਾ ਕਿਸ਼ਮ ਹੈ ਕਿ 1 ਮਿੰਟ ਅਡਵਾਂਸ ਆ ਜਾਵੇ ਕਹਿ ਨਹੀਂ ਸਕਦੇ ਪਰ ਇਹ ਇੱਕ ਡਰ ਹੈ ਬਣਿਆ ਸਿਰਫ ਨੇੜੇ ਤੇੜੇ ਦੇ ਪਿੰਡਾਂ ਦਾ ਡਰ ਹੈ ਜਾਂ ਜੇ ਜਿਆਦਾ ਕੋਈ ਨੁਕਸਾਨ ਹੁੰਦਾ ਤਾਂ ਸ਼ਹਿਰ ਵੱਲ ਨੂੰ ਵੀ ਪਾਣੀ ਜਾ ਸਕਦਾ ਹੈ ਜੀ ਸ਼ਹਿਰ ਵੱਲ ਤਾਂ ਦੇਖੋ ਜੀ ਵੈਕੂਏਸ਼ਨ ਹੋ ਜਾਏਗੀ ਕਰ ਦਾ ਲੋਕੀ ਸਮਾਨ ਸਾਮ ਲੈਣਗੇ ਪਰ ਜਿਹੜੀ ਜ਼ਿਮੀਂਦਾਰ ਦੀ ਫਸਲ ਆ ਮਾਲ ਡੰਗਰ ਆ ਉਹ ਸਾਹਮਣ ਔਖਾ ਓਕੇ ਬਸ ਘਰ ਦਾ ਲੋਕੀ ਦਾ ਅਰੇਂਜਮੈਂਟ ਕਰ ਲੈਣਗੇ ਕਿਉਂਕਿ 5-4 ਘੰਟੇ ਦਾ ਟਾਈਮ ਤਾਂ ਮਿਲ ਜਾਂਦਾ ਲੋਕਾਂ ਨੂੰ ਪਰ ਜਿਹੜੀ ਫਸਲ ਬਾਹਰ ਆ ਉਹਦਾ ਕੀ ਬਣੇਗਾ ਉਹਦਾ ਕੋਈ 88 ਚ ਆਇਆ ਸੀ ਇੱਕ ਲੋਕਾਂ ਨੂੰ ਪੈਸਾ ਨਹੀਂ ਮਿਲਿਆ ਮੇਰਾ ਆਪਣਾ ਪਿੰਡ ਲਾਦੀਆਂ ਕਲਾਂ ਦੀ ਸੁਣਾ ਲਈ ਸਾਨੂੰ ਤਾਂ ਇੱਕ ਦੁੱਖ ਹੀ ਨਹੀਂ ਮਿਲੀ ਜੀ ਉਦੋਂ ਜ਼ਿਮੀਂਦਾਰ ਅਸਤੇ ਮੁਸੀਬਤ ਐ ਹੋਰ ਤਾਂ ਸਰ ਜਾਂਦਾ ਬਿਲਕੁਲ ਨਹੀਂ ਝੋਨੇ ਦੇ ਤੁਸੀਂ ਖਰਚਾ ਦੇਖੋ ਕਿੰਨਾ ਐ ਇਸ ਵੇਲੇ ਜਿਹੜਾ ਜ਼ਿਮੀਂਦਾਰ ਨੇ ਖਰਚਾ ਕਰਨਾ ਸੀ ਫਸਲ ਤੇ ਹੋ ਚੁੱਕਾ ਐ ਹੌਣ ਤਾਂ ਜਿਹੜੀ ਫਸਲ ਕੱਟੀ ਜਾਣੀ ਆ ਜਾ ਕੇ ਮੀਨਾ ਇੱਕ ਰਹਿ ਗਿਆ ਸਤੰਬਰ ਤੇ ਅਕਤੂਬਰ ਚ ਉਹਦੀ ਕੱਟੀ ਕਟਿੰਗ ਹੋ ਜਾਣੀ ਥੀ ਖਰਚਾ ਸਾਰਾ ਹੋ ਚੁੱਕਾ ਹੈ ਜਿਹੜਾ ਨੁਕਸਾਨ ਹੈ ਉਹਦੀ ਪੂਰਤੀ ਪ੍ਰਸ਼ਾਸਨ ਬਿਲਕੁਲ ਨਹੀਂ ਕਰ ਸਕਦਾ ਤਸਵੀਰਾਂ ਦਿਖਾਣਾ ਚਾਹੁੰਦੇ ਆ ਕੈਮਰਾਮੈਨ ਨੂੰ ਕਹੂੰਗਾ ਕਿ ਸਤਲੁਜ ਲਗਾਤਾਰ ਪੱਧਰ ਵਧ ਰਿਹਾ ਔਰ ਇਹ ਪਰੇਸ਼ਾਨੀ ਦਾ ਚਿੰਨ ਹੈ ਕਿ ਜਿਸ ਤਰ੍ਹਾਂ ਪਹਿਲਾਂ ਅਲਰਟ ਲੈਵਲ ਸੀ ਅਸੀਂ ਦੁਪਹਿਰ ਤੋਂ ਜਦੋਂ ਰਿਪੋਰਟਿੰਗ ਕਰ ਰਹੇ ਸੀ ਤੱਕ ਅਲਰਟ ਲੈਵਲ ਜਿਹੜਾ ਉਹ ਨਜ਼ਰ ਆ ਰਿਹਾ ਸੀ ਲਿਖਿਆ ਹੋਇਆ ਕਿ ਅਲਰਟ ਲੈਵਲ ਹੈ ਉਸ ਤੋਂ ਬਾਅਦ ਹੁਣ ਅਲਰਟ ਲੈਵਲ ਤੋਂ ਉੱਤੇ ਪਾਣੀ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਵਾਟਰ ਫਲੋ ਜਿੱਥੇ ਲਿਖਿਆ ਉਹਦੇ ਥੱਲੇ ਅਲਰਟ ਲੈਵਲ ਲਿਖਿਆ ਸੀਗਾ ਕਾਲੇ ਰੰਗ ਦੀ ਪੱਟੀ ਦੇ ਉੱਤੇ ਔਰ ਉਸ ਤੋਂ ਉੱਤੇ ਹੁਣ ਪਾਣੀ ਚਲਾ ਗਿਆ ਹੈ ਡੇਂਜਰ ਲੈਵਲ ਦੇ ਵੱਲ ਪਾਣੀ ਵੱਧਦਾ ਹੋਇਆ 4 ਫੁੱਟ ਦੀ ਦੂਰੀ ਹਾਲਾਂਕਿ ਡੇਂਜਰ ਲੈਵਲ ਦੀ ਹੈ ਜੇ ਡੇਂਜਰ ਲੈਵਲ ਦਾ ਮਤਲਬ ਹੈ ਕਿ ਜਿਸ ਜਗ੍ਹਾ ਦੇ ਉੱਤੇ ਅਸੀਂ ਹੁਣ ਇਸ ਵੇਲੇ ਵੀ ਖੜੇ ਆ ਇੱਥੇ ਵੀ ਪਾਣੀ ਹੋ ਜਾਣਾ ਹੈ ਔਰ ਡੇਂਜਰ ਲੈਵਲ ਤੇ ਪਾਣੀ ਆਉਣ ਤੋਂ ਬਾਅਦ ਜਿਸ ਤਰ੍ਹਾਂ ਕਿਹਾ ਕਿ 88 ਦੇ ਜਦੋਂ ਹੜ੍ਹ ਆਏ ਸੀ ਤਾਂ ਪਾਣੀ ਡੇਂਜਰ ਲੈਵਲ ਪਾਰ ਕਰ ਗਿਆ ਸੀ ਔਰ ਫਿਰ ਸ਼ਹਿਰਵਾਲ ਨੂੰ ਵੀ ਪਾਣੀ ਗਿਆ ਤਾਂ ਲੁਧਿਆਣਾ ਸ਼ਹਿਰ ਦੇ ਉਹ ਲੋਕ ਜਿਹੜੇ ਸਤਲੋਈ ਦੇ ਨੇੜੇ ਵਸਦੇ ਨੇ ਖਾਸ ਤੌਰ ਤੇ ਪਿੰਡਾਂ ਦੇ ਲੋਕ ਜਿਵੇਂ ਹੁਣ ਇੱਕ ਬਜ਼ੁਰਗ ਨੇ ਦੱਸਿਆ ਸਾਨੂੰ ਉਹਨਾਂ ਨੇ ਕਿਹਾ ਕਿ ਸ਼ਹਿਰੀ ਲੋਕ ਜਾਂ ਘਰ ਦੇ ਸਮਾਨ ਦੇ ਜਿਹੜੇ ਲੋਕਾਂ ਨੇ ਸਾਹਮਣਾ ਉਹ ਸਾਂਭਿਆ ਜਾਊਗਾ ਜ਼ਮੀਨਾਂ ਜੋ ਜੋ ਫਸਲ ਖਰਾਬ ਹੋ ਜਾਣੀ ਹੈ ਜੋ ਪਸ਼ੂ ਨੇ ਮੱਝਾਂ ਗਾਵਾਂ ਬੱਕਰੀਆਂ ਜਿਨ੍ਹਾਂ ਨੇ ਰੱਖੀਆਂ ਉਹ ਬਹੁਤ ਔਖੀਆਂ ਨੇ ਮੂਵ ਕਰਨੀਆਂ ਕਿਸੇ ਨੇ ਘੋੜੇ-ਕੋਡੀਆਂ ਵੀ ਥੋੜੀਆਂ-ਬਹੁਤ ਰੱਖੀਆਂ ਹੁੰਦੀਆਂ ਉਹ ਬਹੁਤ ਔਖੇ ਮੂਵ ਕਰਨੇ ਔਰ ਉਹਨਾਂ ਦਾ ਨੁਕਸਾਨ ਹੈ ਕਈ ਵਾਰ ਤਾਰਾਂ ਟੁੱਟ ਜਾਂਦੀਆਂ ਹਾਲਾਂਕਿ ਗنیمਤ ਇਹ ਹੈ ਕਿ ਮੀਂਹ ਹੁਣ ਨਹੀਂ ਪੈ ਰਿਹਾ ਤਾਰਾਂ ਟੁੱਟ ਜਾਂਦੀਆਂ ਬਿਜਲੀ ਜਿਹੜਾ ਪਾਣੀ ਹੈ ਜਿਹੜਾ ਉਹ ਉਹ ਪਾਣੀ ਚੋਂ ਕਰੰਟ ਫਲੋ ਕਰਦਾ ਤੇ ਨੁਕਸਾਨ ਮੌਤਾਂ ਹੋ ਜਾਂਦੀਆਂ ਸੋ ਇਸ ਵੇਲੇ ਬੜੀ ਮੁਸੀਬਤ ਬਣੀ ਹੋਈ ਹੈ ਸੂਰਤੋ ਸੀ ਲਗਾਤਾਰ ਤੁਹਾਨੂੰ ਦੱਸ ਰਹੇ ਸੀ ਕਿ ਪੈਨਿਕ ਦੀ ਸਿਚੁਏਸ਼ਨ ਨਹੀਂ ਹੈ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਪਰ ਹੁਣ ਅਲਰਟ ਲੈਵਲ ਤੋਂ ਉੱਤੇ ਜਦੋਂ ਪਾਣੀ ਹੋਇਆ ਤਾਂ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਹੈ ਕਿ ਹੁਣ ਘਬਰਾਟ ਦੀ ਗੱਲ ਜ਼ਰੂਰ ਹੈ ਕਿ ਜੇਕਰ ਇਹ ਪਾਣੀ ਹੋਰ ਵੱਧਾ ਕਿਉਂਕਿ ਕੱਲ ਜਿਸ ਤਰ੍ਹਾਂ ਰਿਪੋਰਟਸ ਅਸੀਂ ਦੇਖੀਆਂ ਸੀਗੀਆਂ ਕੁਝ ਟੀਵੀ ਚੈਨਲਸ ਨੇ ਵੀ ਰਿਪੋਰਟ ਕੀਤੀਆਂ ਕਿ 4 ਫੁੱਟ ਤੋ ਵੱਧ ਪੱਧਰ ਵਧਿਆ ਪਾਣੀ ਦਾ 4 ਫੁੱਟ ਰਾਤੋਂ ਰਾਤ ਪੱਧਰ ਵਧਿਆ ਔਰ ਜੇਕਰ ਅੱਜ ਵੀ ਇਹ 4 ਫੁੱਟ ਦੇ ਕਰੀਬ ਜੇਕਰ ਪੱਧਰ ਵਧੂਗਾ ਤਾਂ ਡੇਂਜਰ ਲੈਵਲ ਦੇ ਨੇੜੇ ਪੱਧਰ ਜਾਂਦਾ ਨਜ਼ਰ ਆਊਗਾ ਔਰ ਡੇਂਜਰ ਲੈਵਲ ਤੇ ਜੇਕਰ ਜਾਂਦਾ ਹੈ ਪੱਧਰ ਤਾਂ ਨੁਕਸਾਨ ਬਹੁਤ ਹੋ ਸਕਦਾ ਹੈ ਇਸ ਦੀ ਨੁਕਸਾਨ ਦੀ ਪਰਪਾਈ ਕੌਣ ਕਰੇਗਾ ਨੁਕਸਾਨ ਦਾ ਖੱਛਾ ਹੋਇਆ ਤਾਂ ਪ੍ਰਸ਼ਾਸਨ ਕਿੰਨਾ ਕੁ ਜ਼ਿੰਮੇਦਾਰ ਹੈ ਪ੍ਰਸ਼ਾਸਨ ਕਿੰਨਾ ਕਲਰਟ ਹੈ ਇਹ ਲੋਕਾਂ ਨੂੰ ਇੱਥੇ ਨਜ਼ਰ ਨਹੀਂ ਆ ਰਿਹਾ ਲੋਕ ਕਹਿ ਰਹੇ ਆ ਕਿ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਹਾਲੇ ਤੱਕ ਜਾਇਜ਼ਾ ਲੈਣ ਵਾਸਤੇ ਨਹੀਂ ਆਇਆ ਲਗਾਤਾਰ ਅਸੀਂ ਰਿਪੋਰਟਿੰਗ ਕਰ ਰਹੇ ਹਾਂ ਤੁਹਾਨੂੰ ਦਿਖਾ ਰਹੇ ਹਾਂ ਗਰਾਊਂਡ ਜ਼ੀਰੋ ਤੋਂ ਰਿਪੋਰਟ ਕਿ ਅਲਰਟ ਲੈਵਲ ਤੋਂ ਪਾਣੀ ਉੱਤੇ ਜਾ ਚੁੱਕਿਆ ਹੈ ਔਰ ਮੁਸੀਬਤ ਲੋਕਾਂ ਵਾਸਤੇ ਬਣੀ ਹੋਈ ਹੈ ਅਲਰਟ ਲੈਵਲ ਤੋਂ ਪਾਣੀ ਉੱਤੇ ਹੋਇਆ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਜਲੰਧਰ ਵਾਲਾ ਹਿੱਸਾ ਹੈ ਜਿੱਥੇ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਦਰਖਤ ਜਿਹੜੇ ਨੇ ਉਹ ਪਾਣੀ ਦੀ ਮਾਰ ਹੇਠ ਨੇ ਪਪੂਲਰ ਜਿੰਨੇ ਲਾਏ ਨੇ ਲੋਕਾਂ ਨੇ ਪਪੂਲਰ ਵੀ ਖੇਤੀ ਕੀਤੀ ਹੁੰਦੀ ਹੈ ਔਰ ਉਹ ਸਾਰੇ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ ਸਤਲੁਜ ਤੋਂ ਪਰਲੇ ਪਾਰ ਦੁਆਬਾ ਜਲੰਧਰ ਦਾ ਹਿੱਸਾ ਸਤਲੁਜ ਤੋਂ ਉਰਲੇ ਪਾਸੇ ਲੁਧਿਆਣਾ ਮਾਲਵੇ ਦਾ ਹਿੱਸਾ ਦੋਵਾਂ ਨੂੰ ਜੋੜਦਾ ਹੋਇਆ ਇਹ ਪੁਲ ਜਿਸ ਦੇ ਉੱਤੇ ਗੇਜ ਹੈ ਔਰ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਕਿ ਮੁਸੀਬਤ ਬਣੀ ਹੋਈ ਹੈ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ ਚਿੰਤਾ ਦਾ ਵਿਸ਼ਾ ਹੁਣ ਹੋ ਗਿਆ ਜਦੋਂ ਵਾਟਰ ਲੈਵਲ ਜਿਹੜਾ ਉਹ ਅਲਰਟ ਲੈਵਲ ਤੋਂ ਪਾਰ ਕਰ ਗਿਆ ਵਾਟਰ ਫਲੋ ਜਿਹੜਾ ਉਹ ਅਲਰਟ ਲੈਵਲ ਤੋਂ ਪਾਰ ਕਰ ਗਿਆ ਸੋ ਲਗਾਤਾਰ ਤਸਵੀਰਾਂ ਅਸੀਂ ਦਿਖਾ ਰਹੇ ਆ ਤੁਹਾਨੂੰ ਇਹ ਗੇਜ ਤੁਸੀਂ ਦੇਖ ਰਹੇ ਹੋ ਸਵੇਰ ਤੋਂ ਅਸੀਂ ਇਹ ਗੇਜ ਤੁਹਾਨੂੰ ਦਿਖਾਉਂਦੇ ਆ ਰਹੇ ਸੀਗੇ ਪਾਣੀ ਦਾ ਪੱਧਰ ਤੁਹਾਨੂੰ ਦੱਸਦੇ ਆ ਰਹੇ ਸੀ ਕਿ ਪਾਣੀ ਦਾ ਕਿੰਨਾ ਪੱਧਰ ਹੋ ਚੁੱਕਿਆ ਹੁਣ ਲਗਾਤਾਰੇ ਪੱਧਰ ਵੱਧਦਾ ਜਾ ਰਿਹਾ ਜੋ ਕਿ 700 77 ਨੂੰ ਵੀ ਹੁਣ ਪਾਰ ਕਰਦਾ ਨਜ਼ਰ ਆ ਰਿਹਾ ਹੈ ਪਹਿਲਾਂ 776 ਤੋਂ ਥੱਲੇ ਸੀ ਵਾਟਰ ਲੈਵਲ ਜਿਹੜਾ ਸੀਗਾ ਉਹ ਅਲਰਟ ਤੋਂ ਹੇਠਾਂ ਜਾ ਰਿਹਾ ਸੀ ਹੁਣ 77 ਨੂੰ ਪਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਔਰ 79 ਜਿਹੜਾ ਤੁਹਾਨੂੰ ਦੱਸਦੀ ਹੈ 779 ਇਹ ਡੇਂਜਰ ਲੈਵਲ ਹੈ ਜੇਕਰ ਪਾਣੀ ਇੱਥੇ 79 ਤੇ ਆ ਗਿਆ ਤਾਂ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਹ ਸਾਰਾ ਇਲਾਕਾ ਡੁੱਬ ਜਾਏਗਾ ਔਰ ਪਾਣੀ ਜਿਹੜਾ ਹੈ ਪਿੰਡਾਂ ਚ ਜਾਣ ਦਾ ਖੱਛਾ ਹੈ ਪਿੰਡਾਂ ਦੇ ਵਿੱਚ ਜਾਣ ਦਾ ਖੱਛਾ ਲਗਾਤਾਰ ਹੈ ਹਾਲਾਂਕਿ ਡੀਸੀ ਦੇ ਵੱਲੋਂ ਔਰ ਕੈਬਨਿਟ ਮਨਿਸਟਰ ਆਸ਼ੂ ਦੇ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਹੈ ਜਗ੍ਹਾ ਲਿਆ ਗਿਆ ਸੀ ਲਗਾਤਾਰ ਉਹਨਾਂ ਨੇ ਕਿਆਸੀ ਕਿ ਸਿਚੁਏਸ਼ਨ ਪੈਨਿਕ ਦੀ ਨਹੀਂ ਹੈ ਪਰ ਸਿਚੁਏਸ਼ਨ ਕ੍ਰਿਟੀਕਲ ਜ਼ਰੂਰ ਹੈ ਔਰ ਲੋਕ ਜਿਹੜੇ ਨੇ ਉਹ ਲਗਾਤਾਰ ਇੱਥੇ ਇਕੱਠੇ ਹੋ ਰਹੇ ਆ ਜਿਨ੍ਹਾਂ ਦੀ ਥਾਂ ਹੈ ਕੋਈ ਉਹ ਲੋਕ ਇਕੱਠੇ ਹੋ ਰਹੇ ਆ ਉਹ ਲੋਕ ਕਿਸੇ ਦੀ ਇੱਥੇ ਜ਼ਮੀਨਾਂ ਨੇ ਕੋਈ ਨੇੜੇ ਤੜੇ ਦੇ ਪਿੰਡਾਂ ਦਾ ਹੈ ਉਹ ਸਾਰੇ ਲੋਕ ਇੱਥੇ ਇਕੱਠੇ ਹੋ ਰਹੇ ਨੇ ਔਰ ਇਸ ਘੜੀ ਦੇ ਵਿੱਚ ਇੱਕ ਦੂਜੇ ਨੂੰ ਸਪੋਰਟ ਕਰ ਰਹੇ ਆਰ ਪ੍ਰਸ਼ਾਸਨ ਤੋਂ ਇਹ ਮੰਗਿਆ ਕਿ ਪ੍ਰਸ਼ਾਸਨ ਜਲਦ ਐਨਡੀਆਰਐਫ ਜਾਂ ਆਰਮੀ ਨੂੰ ਇੱਥੇ ਬੁਲਾਵੇ ਕੁਝ ਲੋਕ ਸਾਡੇ ਨਾਲ ਨੇ ਭਾਈ ਜੀ ਥੋਡੀਆਂ ਵੀ ਜ਼ਮੀਨਾਂ ਨੇ ਜੀ ਇੱਧਰ ਹਾਂਜੀ ਭਾਈ ਕਿਹੜੇ ਪਾਸੇ ਹੈ ਜੀ ਉਹ ਭਾਈ ਸਾਹਮਣੇ ਪਬਲਿਕ ਦੇਖੋ ਹਾਂਜੀ ਬਸ ਕਿਨਾਂ ਜ਼ਮੀਨ ਦੇ ਸਾਰੇ ਇਹ ਫਸਲਾਂ ਖਰਾਬ ਹੋ ਗਿਆ ਪਬਲਿਕ ਖਰਾਬ ਹੋ ਗਿਆ ਤੇ ਭਾਈ ਇੱਧਰ ਦੇਖੋ ਜ਼ਮੀਰਾਂ ਮੱਕੀ ਵੀ ਸਾਰੀ ਖਰਾਬ ਹੋ ਗਈ बाजरा ਹੁਣ ਦੇਖੋ ਭਾਈ ਪ੍ਰਚਾਰਣ ਕੀ ਕਰ ਰਹੀ ਐ ਕੁਸ਼ ਕਰ ਰਹੀ ਐ ਜੀ ਬਾਰੇ ਹੁਣ ਲੱਗਦਾ ਕੋਈ ਮੁਆਵਜ਼ਾ ਵਗੈਰਾ ਤੁਹਾਨੂੰ ਗਾਂ ਜਾ ਕੇ ਮਿਲ ਜੂ ਇਹਦਾ ਕੁਛ ਨਹੀਂ ਮਿਲਣਾ ਭਾਜੀ ਕਿਤਾਬਾਂ ਜੀ ਰਹਿਣਾ ਇਹ ਅੱਜ ਤੱਕ ਕਿਸ਼ਣ ਕੁਛ ਮਿਲਿਆ ਵਾ ਠੀਕੇ ਤੇ ਲਈ ਹੋਈ ਆ ਤੁਸੀਂ ਇਹ ਭਾਜੀ ਆਪਣੀਆਂ ਜੀ ਆਪਣੀਆਂ ਥੋੜੀ ਹਾਂ ਜੀ ਤੇ ਕੁਛ ਨਹੀਂ ਮਿਲਣਾ ਭਾਜੀ ਕਿਸੇ ਨੂੰ ਕਿੰਨੇ ਟੋਟਲ ਕਿੰਨੇ ਕਿੱਲੇ ਸੀਗੀ ਦੱਸ ਇੱਕ 10 ਕਿੱਲੇ ਭਾਈ ਉਧਰ ਇਹਦੇ 3-4 ਕਿੱਲੇ ਦਰ ਜਮੀਨ ਦੇ ਅੱਛਾ ਬਸ ਭਾਈ ਖਰਾਬ ਫਸਲ ਕਿਸਾਨ ਦਾ ਕੀ ਕਿਸਾਨ ਬਸ ਕਰਜ਼ਾਂ ਜੀ ਰਹਿ ਜਾਂਦਾ ਮਵਾਜਾ ਕਿਸ ਨੇ ਮਿਲਿਆ ਭਾਈ ਅ ਤੱਕ ਉਹ ਜਿਹੜੇ ਉਹ ਸਾਹਮਣੇ ਪਪੂਲਰ ਲੱਗੇ ਸੀ ਤਸਵੀਰਾਂ ਦਿਖਾਈਆਂ ਉਹ ਵੀ ਉਹ ਥੋੜੀ ਜ਼ਮੀਨ ਦੇ ਹੀ ਨੇ ਹਾਂਜੀ ਹਾਂਜੀ ਭਾਜੀ ਨਾਲ ਪਰਲੇ ਪਾਸ ਜ਼ਮੀਨ ਹੈ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਉਹ ਤਸਵੀਰ ਜ਼ਰੂਰ ਦਿਖਾਉਣੇ ਸ਼ਖਸ ਜਿਹੜੇ ਨੇ ਇਹਨਾਂ ਦੀ ਆਪਣੀ ਇਹ ਜ਼ਮੀਨ 10 ਕਿੱਲੇ ਦਰਿਆ ਦੇ ਵਿੱਚ ਇਹ ਜ਼ਮੀਨ ਹੈਗੀ ਆ ਔਰ ਇਹ ਕਹਿ ਰਹੇ ਆ ਕਿ ਪਪੂਲਰ ਵੀ ਜੇ ਹੈ ਝੋਨਾ ਵੀ ਲਾਇਆ ਸੀ ਜੀ ਝੋਨਾ ਭਾਜੀ ਇਸ ਪਰਲੇ ਪਾਸ ਲੱਗਾ ਆ ਉਹ ਵੀ ਡੁੱਬ ਗਿਆ ਉਧਰ ਜਾ ਤਾਂ ਭਾਜੀ ਠੀਕ ਆ ਇਹਦਾ ਦੇਖੇ ਜਗੇ ਜਾਵਾਂਗੇ ਹੁਣ ਸ਼ਾਮ ਨੂੰ ਉਧਰ ਵੀ ਕੀ ਆ ਹਾਲ ਪਪੂਲਰ ਦਾ ਹਾਲ ਦੇਖ ਹੀ ਲਿਆ ਤੁਸੀਂ ਉਧਰ ਜਾਣ ਦਾ ਫਿਰ ਇਹ ਪੁਲ ਪਾਰ ਹੋ ਕੇ ਇਧਰੋਂ ਜਾਣੇ ਹਾਂਜੀ ਹਾਂਜੀ ਪੁਲ ਪਾਰ ਭਾਈ ਉਹ ਉਧਰ ਰਸਤਾ ਹੈਗਾ ਉਹ ਬੱਲੇ-ਬਾਸੇ ਦੀ ਉਧਰ ਦੀ ਰਸਤਾ ਹੈਗਾ ਜਾਣ ਦਾ ਓਕੇ ਭਾਈ ਸੋ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸੇ ਦੀ ਜ਼ਮੀਨ ਡੁੱਬ ਗਈ ਹੈ ਤਾਂ ਕੋਈ ਆਪਣੇ ਪਸ਼ੂਆਂ ਨੂੰ ਲੈ ਕੇ ਚਿੰਤਤ ਹੈ ਕੋਈ ਘਰ ਨੂੰ ਲੈ ਕੇ ਚਿੰਤਤ ਹੈ ਸੋ ਲਗਾਤਾਰ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਡੇਂਜਰ ਲੈਵਲ ਦੇ ਨੇੜੇ ਵਧਦਾ ਹੋਇਆ ਪਾਣੀ ਵਾਟਰ ਫਲੋ ਜਿਹੜਾ ਅਲਰਟ ਲੈਵਲ ਪਾਰ ਕਰ ਚੁੱਕਿਆ ਹੈ ਵੱਡੀ ਖਬਰ ਇਸ ਵੇਲੇ ਦੀ ਡੇਲੀ ਪੋਸਟ ਤੇ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਸਵੇਰ ਤੋਂ ਲੈ ਕੇ ਇਸ ਨੂੰ ਇਸ ਦੀ ਚਿੰਤਾ ਸੀ ਕਿ ਪਾਣੀ ਦਾ ਪੱਧਰ ਜੇਕਰ ਵਧਦਾ ਹੈ ਔਰ ਜਿਸ ਤਰ੍ਹਾਂ ਖੱਛਾ ਜਿਤਾਇਆ ਜਾ ਰਿਹਾ ਸੀ ਕਿ 236000 ਕਿਊਸਿਕ ਪਾਣੀ ਰੋਪੜ ਹੈਡਵਰਕਸ ਤੋਂ ਛੱਡਿਆ ਗਿਆ ਉਹ 236000 ਕਿਊਸਿਕ ਪਾਣੀ ਜਿਹੜਾ ਸ਼ਾਮ ਦੇ 6 ਵਜੇ ਤੱਕ ਲੁਧਿਆਣਾ ਪਹੁੰਚਣ ਦੀ ਇੱਕ ਖੱਛਾ ਜਿਤਾਇਆ ਜਾ ਰਿਹਾ ਸੀਗਾ ਔਰ ਉਹ ਉਹਦਾ ਅਸਰ ਦਿਖਣਾ ਹੁਣੇ ਸ਼ੁਰੂ ਹੋ ਗਿਆ ਔਰ ਬੜੀ ਮਿੰਟਾਂ ਸਕਿੰਟਾਂ ਦੇ ਵਿੱਚ ਹੁਣ ਪੱਧਰ ਹੋਰ ਵਧਦਾ ਜਾ ਰਿਹਾ ਹੈ ਕਿਵੇਂ ਕੋਸ਼ਿਸ਼ ਸਕਿੰਟਾਂ ਮਿੰਟਾਂ ਪਹਿਲਾਂ ਅਸੀਂ ਤੁਹਾਨੂੰ ਦਿਖਾਇਆ ਸੀਗੇ ਕਿ ਜਿਹੜੀ ਕਾਲੀ ਪੱਟੀ ਨਜ਼ਰ ਆ ਰਹੀ ਸੀਗੀ ਅਲਰਟ ਲੈਵਲ ਜੀ ਤੇ ਲਿਖਿਆ ਸੀ ਉਹ ਅੱਧੀ ਨਜ਼ਰ ਆ ਰਹੀ ਸੀ ਹੁਣ ਤਕਰੀਬਨ ਤਕਰੀਬਨ ਉਹ ਕਾਲੀ ਪੱਟੀ ਵੀ ਡੁੱਬਦੀ ਹੋਈ ਨਜ਼ਰ ਆ ਰਹੀ ਹੈ ਸੋ ਪਾਣੀ ਦਾ ਪੱਧਰ ਆਮ ਲੋਕਾਂ ਨੂੰ ਇਹ ਦੱਸ ਦਈਏ ਕਿ ਅੱਧਾ ਇੰਚ ਇੰਚ ਪਾਣੀ ਦਾ ਪੱਧਰ ਸਤਲੁਜ ਦਾ ਵਧਣਾ ਬਹੁਤ ਵੱਡੀ ਗੱਲ ਹੁੰਦੀ ਹੈ ਦਰਿਆ ਦਾ ਪੱਧਰ ਇਸ ਤਰੀਕੇ ਦੇ ਨਾਲ ਮਿੰਟਾਂ ਦੇ ਵਿੱਚ ਵਧਣਾ ਬਹੁਤ ਵੱਡੀ ਗੱਲ ਹੈ ਸੋ ਜੇ ਵਾਧ ਰਿਹਾ ਹੈ ਤਾਂ ਬੜਾ ਡਰ ਦਾ ਮਾਹੌਲ ਬੜਾ ਸਹਿਮ ਦਾ ਮਾਹੌਲ ਲੋਕਾਂ ਦੇ ਵਿੱਚ ਬਣਿਆ ਕਿ ਇੰਨਾ ਕੁ ਪਾਣੀ ਜਦੋਂ ਦਰਿਆ ਦੇ ਵਿੱਚ ਆਉਂਦਾ ਹੈ ਤਾਂ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਇਹ ਥਾਂ ਆਸਥਾ ਦਾ ਵੀ ਥਾਂ ਹੈ ਲੋਕ ਇੱਥੇ ਬਹੁਤ ਸਾਰੇ ਲੋਕ ਨੇੜੇ ਦਰਗਾਹ ਹੈ ਉਸ ਦਰਗਾਹ ਤੇ ਆਉਂਦੇ ਨੇ ਔਰ ਬਹੁਤ ਸਾਰੇ ਲੋਕ ਅੱਗੇ ਦਰਿਆ ਦੇ ਵਿੱਚ ਜਾ ਕੇ ਆਪੋ ਆਪਣਾ ਜੋ ਵੀ ਧਰਮ ਦੇ ਹਿਸਾਬ ਨਾਲ ਆਸਥਾ ਦੇ ਹਿਸਾਬ ਨਾਲ ਜੋ ਇਹਨਾਂ ਦੇ ਰਿਚੁਅਲਸ ਨੇ ਉਹ ਕਰਦੇ ਸੀਗੇ ਅੱਜ ਇਹ ਲੋਕ ਇੱਥੇ ਖੜ ਕੇ ਕਰ ਜ਼ਰੂਰ ਰਹੇ ਨੇ ਪਰ ਬਿਲਕੁਲ ਕੰਡੇ ਦੇ ਉੱਤੇ ਖੜੇ ਨੇ ਅੰਦਰ ਦਰਿਆ ਦੇ ਨਹੀਂ ਜਾ ਪਾਣਗੇ ਕਿਉਂਕਿ ਇੱਥੇ ਪਾਣੀ ਦਾ ਪੱਧਰ ਵੱਧਦਾ ਨਜ਼ਰ ਆ ਰਿਹਾ ਪਾਣੀ ਦਾ ਪੱਧਰ ਵੱਧ ਰਿਹਾ ਲਗਾਤਾਰ ਇਹ ਸਿਚੁਏਸ਼ਨ ਬਣੀ ਹੋਈ ਹੈ ਲੁਧਿਆਣਾ ਦੇ ਨੇੜੇ ਤੇੜੇ ਦੀ ਕਿਉਂਕਿ ਜੋ ਗੇਟ ਖੋਲੇ ਗਏ ਨੇ ਫਿਰ ਉਸ ਤੋਂ ਬਾਅਦ ਰੋਪੜ ਹੈਡਵਰਕਸ ਤੋਂ ਪਾਣੀ ਜਿਹੜਾ ਛੱਡਿਆ ਗਿਆ ਉਹਦੇ ਨਾਲ ਲਗਾਤਾਰ ਸਤਲੁਜ ਦਾ ਜਿਹੜਾ ਪੱਧਰ ਹੈ ਪਾਣੀ ਦਾ ਉਹ ਬਹੁਤ ਜ਼ਿਆਦਾ ਵਧਿਆ ਹੈ ਇਹ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾਣੇ ਆ ਪਾਣੀ ਸਤਲੁਜ ਦੀਆਂ ਤਸਵੀਰਾਂ ਸ਼ਾਇਦ ਹੀ ਤੁਸੀਂ ਇਸ ਤੋਂ ਪਹਿਲਾਂ ਕਦੇ ਦੇਖੀਆਂ ਹੋਣਗੀਆਂ 1988 ਦੇ ਵਿੱਚ ਕਿਹਾ ਜਾਂਦਾ ਹੈ ਕਿ ਅਖੀਰ ਅਖੀਰਲੀ ਵਾਰ ਇਹ ਪਾਣੀ ਦਾ ਇਹ ਪੱਧਰ ਦੇਖਿਆ ਗਿਆ ਸੀਗਾ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਜ਼ੂਮ ਆਊਟ ਕਰਕੇ ਵੱਡੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨ ਕਿ ਇਹ ਜੋ ਪੁਲ ਹੈ ਜੋ ਮਾਲਵੇ ਤੇ ਦੁਆਬੇ ਨੂੰ ਜੋੜਦਾ ਇਹ ਪੁਲ ਹੈ ਇੱਥੇ ਪਾਣੀ ਦਾ ਇਹ ਪੱਧਰ ਤੁਸੀਂ ਜ਼ਿੰਦਗੀ 'ਚ ਸ਼ਾਇਦ ਹੀ ਕਦੇ ਜੋ 88 ਤੋਂ ਬਾਅਦ ਜੰਮੇ ਨੇ ਉਹਨਾਂ ਨੇ ਇੰਨਾ ਪੱਧਰ ਸ਼ਾਇਦ ਹੀ ਕਦੇ ਦੇਖਿਆ ਹੋਵੇ 2 ਸਾਲ ਪਹਿਲਾਂ ਵੀ ਪਾਣੀ ਚੜਿਆ ਸੀ ਪਿਛਲੇ ਸਾਲ ਵੀ ਪਾਣੀ ਚੜਿਆ ਪਰ ਇੰਨਾ ਪੱਧਰ ਨਹੀਂ ਸੀ ਚੜਿਆ ਔਰ ਇਹ ਹਾਲਾਤ ਲਗਾਤਾਰ ਜਿਹੜੇ ਆ ਉਹ ਕ੍ਰਿਟੀਕਲ ਤੋਂ ਵਰਸਵਲ ਹੁੰਦੇ ਜਾ ਰਹੇ ਆ ਆਸ਼ੂ ਕੈਬਨਿਟ ਮੰਤਰੀ ਨੇ ਸਵੇਰੇ ਬਿਆਨ ਦਿੱਤਾ ਸੀ ਹਾਲਾਤ ਕ੍ਰਿਟੀਕਲ ਜ਼ਰੂਰ ਨੇ ਪਰ ਹਾਲਾਤ ਅੰਡਰ ਕੰਟਰੋਲ ਨੇ ਕਦੋਂ ਤੱਕ ਅੰਡਰ ਕੰਟਰੋਲ ਰਹਿੰਦੇ ਨੇ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਇੰਨਾ ਜ਼ਬਰਦਸਤ ਪਾਣੀ ਦਾ ਪੱਧਰ ਦਾ ਵਧਣਾ ਔਰ ਲਗਾਤਾਰ ਵੱਧਦੇ ਜਾਣਾ ਇਹ ਚਿੰਤਾ ਦਾ ਵਿਸ਼ਾ ਹੈ ਨੇੜੇ ਤੇੜੇ ਦੇ ਪਿੰਡਾਂ ਦੇ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਈ ਸੀ ਅੱਜ ਵੀ ਲੋਕ ਸੋ ਨਹੀਂ ਸਕਣਗੇ ਅੱਜ ਦੀ ਰਾਤ ਲੋਕਾਂ ਵਾਸਤੇ ਬੇਚੈਨੀ ਦੀ ਰਾਤ ਹੋਊਗੀ ਕਿਉਂਕਿ ਉਹਨਾਂ ਦੇ ਸਿਰਫ ਘਰ-ਬਾਰ ਨਹੀਂ ਹੈ ਜ਼ਮੀਨਾਂ ਨੇ ਪਸ਼ੂ ਨੇ ਉਹ ਸਾਰੇ ਖਤਰੇ ਦੇ ਵਿੱਚ ਨੇ ਜੇਕਰ ਕਿਸੇ ਪਿੰਡ ਦਾ ਕੋਈ ਬੰਨ ਟੁੱਟ ਜਾਂਦਾ ਤਾਂ ਖਤਰੇ ਦੇ ਵਿੱਚ ਹਾਲਾਤ ਬਣੇ ਨੇ ਹਾਲਾਂਕਿ ਸਿਰਫ ਲੁਧਿਆਣਾ ਹੀ ਨਹੀਂ ਜਲੰਧਰ ਦੇ 85 ਪਿੰਡ ਖਾਲੀ ਕਰਾ ਲਈ ਗਏ ਨੇ ਡੀਸੀ ਨੇ ਸਵੇਰੇ ਆਰਡਰਸ ਦਿੱਤੇ ਸੀ ਕਿ ਜਲੰਧਰ ਦੇ ਪਿੰਡਾਂ ਨੂੰ ਖਾਲੀ ਕਰਾਇਆ ਜਾਏ ਉਹ ਖਾਲੀ ਕਰਾ ਲਏ ਗਏ ਸੀ ਤਾਜ਼ਾ ਖਬਰ ਜੋ ਆ ਰਹੀ ਹੈ ਸਰਕਾਰ ਦੇ ਵੱਲੋਂ ਇਹ ਹੈ ਕਿ ਭਾਰਤ ਪੁਸ਼ਨ ਆਸ਼ੂ ਤੇ ਡਿਪਟੀ ਕਮਿਸ਼ਨਰ ਨੇ ਜਿਹੜੇ ਪਰਵੰਚ ਪ੍ਰिवेंशन ਮੈਜਰਸ ਨੇ ਜਿਹੜੇ ਫਲੱਡ ਦੇ ਜਿਹੜੇ ਹੜ੍ਹਾਂ ਨੂੰ ਲੈ ਕੇ ਸਾਵਧਾਨੀ ਵਰਤਣ ਦੇ ਜੋ ਮੈਜਰਸ ਲੈਣੇ ਸੀ ਉਹਨਾਂ ਦੇ ਉਹਨਾਂ ਦਾ ਰਿਵਿਊ ਕੀਤਾ ਉਹਨਾਂ ਨੂੰ ਦੇਖਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਥਾਰਟिटीज ਨੂੰ ਇਹ ਕਹਿ ਦਿੱਤਾ ਹੈ ਕਿ ਜਲ ਤੋਂ ਜਲਦ ਲੋਕਾਂ ਤੱਕ ਇਨਫਾਰਮੇਸ਼ਨ ਪਹੁੰਚਾਈ ਜਾਵੇ ਲੋਕਾਂ ਤੱਕ ਜਾਣਕਾਰੀ ਜਿਹੜੀ ਹੈ ਸਹੀ ਇਹ ਪਹੁੰਚਾਈ ਜਾਵੇ ਨੇੜੇ ਤੇੜੇ ਦੇ ਲੋਕਾਂ ਨੂੰ ਪੂਰੀ ਜਾਣਕਾਰੀ ਹੁਣ ਅਥਾਰਟिटीज ਦੀ ਇਹ ਜ਼ਿੰਮੇਵਾਰੀ ਲਗਾਈ ਗਈ ਹੈ ਕਿ ਇਹ ਜਾਣਕਾਰੀ ਦਿੱਤੀ ਜਾਵੇ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਇਹ ਆਰਡਰਸ ਕਰ ਦਿੱਤੇ ਆ ਕਿ ਕੋਈ ਵੀ ਅਧਿਕਾਰੀ 24 ਘੰਟੇ ਤੱਕ ਆਪਣਾ ਫੋਨ ਸਵਿਚ ਆਫ ਨਹੀਂ ਕਰੂਗਾ ਔਰ ਉਹ ਆਪਣਾ ਸਟੇਸ਼ਨ ਛੱਡ ਕੇ ਨਹੀਂ ਜਾ ਸਕਦਾ ਵੱਡੀ ਖਬਰ ਇਸ ਵੇਲੇ ਤੁਹਾਨੂੰ ਦੇ ਰਹੇ ਆ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਆਰਡਰਸ ਦਿੱਤੇ ਆ ਕਿ ਕੋਈ ਵੀ ਅਧਿਕਾਰੀ ਸਰਕਾਰੀ ਅਧਿਕਾਰੀ ਅਗਲੇ 24 ਘੰਟੇ ਤੱਕ ਆਪਣਾ ਮੋਬਾਈਲ ਫੋਨ ਸਵਿਚ ਆਫ ਨਹੀਂ ਕਰੂਗਾ ਔਰ ਇਸ ਦੇ ਨਾਲ ਹੀ ਉਹ ਆਪਣਾ ਸਟੇਸ਼ਨ ਛੱਡ ਕੇ ਬਾਹਰ ਨਹੀਂ ਜਾ ਸਕਦੇ ਬਹੁਤ ਸਾਰੇ ਅਧਿਕਾਰੀ ਨੇ ਜੋ ਬਾਹਰਲੇ ਸ਼ਹਿਰਾਂ ਤੋਂ ਇੱਥੇ ਪੋਸਟਰਡ ਨੇ ਲੁਧਿਆਣਾ ਦੇ ਵਿੱਚ ਜੋ ਨੇੜੇ ਤੇੜੇ ਦੇ ਇਲਾਕਿਆਂ ਤੋਂ ਇੱਥੇ ਆਪਣੀ ਡਿਊਟੀ ਕਰਨ ਆਉਂਦੇ ਨੇ ਉਹਨਾਂ ਨੂੰ ਇਹ ਸਖਤ ਹਦਾਇਤਾਂ ਆਰਡਰਸ ਦੇ ਦਿੱਤੇ ਗਏ ਆ ਕਿ ਉਹ ਅਧਿਕਾਰੀ ਆਪਣਾ ਇਲਾਕਾ ਛੱਡ ਕੇ ਆਪਣਾ ਲੁਧਿਆਣਾ ਜੋ ਪੋਸਟਰਡ ਨੇ ਉਹ ਛੱਡ ਕੇ ਇੱਥੋਂ ਨਹੀਂ ਜਾ ਸਕਦੇ ਔਰ ਅਗਲੇ 24 ਘੰਟੇ ਉਹ ਆਪਣੀ ਮੋਬਾਈਲ ਫੋਨਸ ਸਵਿਚ ਆਫ ਨਹੀਂ ਕਰਨਗੇ ਐਸੇ ਆਦੇਸ਼ ਦਿੱਤੇ ਗਏ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਡਿਪਟੀ ਕਮਿਸ਼ਨਰ ਨੇ ਰੂਮਰਸ ਤੋਂ ਬਚਣ ਵਾਸਤੇ ਵੀ ਲੋਕਾਂ ਨੂੰ ਕਿਹਾ ਕਿ ਕਿਸੇ ਤਰ੍ਹਾਂ ਦੀ ਅਫਵਾਹ ਤੋਂ ਬਚਿਆ ਜਾਵੇ ਡੇਲੀ ਪੋਸਟ ਸਵੈਰ ਤੋਂ ਹੀ ਸਟੀਕ ਤੇ ਸਹੀ ਇਨਫਰਮੇਸ਼ਨ ਤੁਹਾਨੂੰ ਦੇ ਰਿਹਾ ਹੈ ਲਗਭਗ 3 ਵਜੇ ਤੱਕ ਅਸੀਂ ਇਹ ਇਨਫਰਮੇਸ਼ਨ ਤੁਹਾਨੂੰ ਦੇ ਰਹੇ ਸੀ ਕਿ ਹਾਲਾਤ ਕਾਬੂ ਦੇ ਵਿੱਚ ਨੇ ਘਬਰਾਉਣ ਵਾਲੀ ਗੱਲ ਨਹੀਂ ਹੈ ਉਦੋਂ ਤੱਕ ਪਾਣੀ ਅਲਰਟ ਲੈਵਲ ਤੋਂ ਬਹੁਤ ਥੱਲੇ ਚੱਲ ਰਿਹਾ ਸੀ ਔਰ ਹੁਣ ਅਲਰਟ ਲੈਵਲ ਪਾਰ ਕਰ ਚੁੱਕਿਆ ਹੈ ਅਲਰਟ ਲੈਵਲ ਤੋਂ ਉੱਪਰ ਪਾਣੀ ਡੇਂਜਰ ਦੇ ਵੱਲ ਵੱਧ ਰਿਹਾ ਹੈ ਤਾਂ ਅਸੀਂ ਦੁਬਾਰਾ ਤੁਹਾਨੂੰ ਇਹ ਇਨਫਰਮੇਸ਼ਨ ਦੇ ਰਹੇ ਹਾਂ ਕਿ ਹਾਲੇ ਤੱਕ ਸਭ ਸੁਖ ਸ਼ਾਂਤੀ ਹੈ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਨੁਕਸਾਨ ਨਹੀਂ ਹੈ ਕੋਈ ਐਸੀ ਘਟਨਾ ਨਹੀਂ ਵਾਪਰੀ ਕਿ ਜਿਹਦੇ ਨਾਲ ਕੋਈ ਨੁਕਸਾਨ ਹੋਇਆ ਹੋਵੇ ਪਰ ਜਿੰਨਾ ਪਾਣੀ ਦਾ ਫਲੋ ਜਿੰਨਾ ਪਾਣੀ ਦਾ ਵਹਾਅ ਔਰ ਜਿਸ ਪੱਧਰ ਤੇ ਪਾਣੀ ਪਹੁੰਚ ਚੁੱਕਿਆ ਹੈ ਲਗਾਤਾਰ ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਹੈ ਲੋਕਾਂ ਵਾਸਤੇ ਪਿੰਡ ਵਾਲਿਆਂ ਵਾਸਤੇ ਔਰ ਲੁਧਿਆਣੇ ਦੇ ਨੇੜੇ ਤੇੜੇ ਜੋ ਸਤਲੁਜ ਦੇ ਨੇੜੇ ਪਿੰਡ ਵਸਦੇ ਨੇ ਫਲੋਰ ਦੇ ਨੇੜੇ ਪਿੰਡ ਵਸਦੇ ਨੇ ਔਰ ਸਤਲੁਜ ਦੇ ਕੰਢੇ ਤੇ ਤਰਨਤਾਰਨ ਤੱਕ ਹਰੀਕੇ ਪੱਤਨ ਤੱਕ ਜਿੰਨੇ ਪਿੰਡ ਨੇ ਪੰਜਾਬ ਦੇ ਰੋਪੜ ਹੈਡਵਰਕਸ ਤੋਂ ਸ਼ੁਰੂ ਹੋ ਕੇ ਸਾਰਿਆਂ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਵਧਿਆ ਸੋ ਲਗਾਤਾਰ ਤੁਹਾਨੂੰ ਅਪਡੇਟਸ ਦੇ ਰਹੇ ਹਾਂ ਜਿਸ ਤਰ੍ਹਾਂ ਜੋ-ਜੋ ਇਨਫੋਰਮੇਸ਼ਨ ਸਰਕਾਰ ਦੇ ਵੱਲੋਂ ਵੀ ਸਾਡੇ ਤੱਕ ਪਹੁੰਚ ਰਹੀ ਹੈ ਅਸੀਂ ਉਹ ਤੁਹਾਨੂੰ ਸਾਰੀ ਇਨਫੋਰਮੇਸ਼ਨ ਲਗਾਤਾਰ ਪ੍ਰੋਵਾਈਡ ਕਰ ਰਹੇ ਹਾਂ ਔਰ ਕਿਸੇ ਵੀ ਤਰ੍ਹਾਂ ਦੇ ਰੂਮਰਸ ਤੋਂ ਬਚਣ ਦੇ ਲਈ ਅਗਾਹ ਕਰਨ ਦੇ ਲਈ ਅਸੀਂ ਵਚਨਬਾਦਾ ਡਿਪਟੀ ਕਮਿਸ਼ਨਰ ਵੱਲੋਂ ਕੰਟਰੋਲ ਰੂਮਾਂ ਦੀ ਸੂਚੀ ਤੇ ਨੰਬਰ ਵੀ ਜਾਰੀ ਕੀਤੇ ਗਏ ਇੱਕ ਵਾਰ ਫਿਰ ਤੋਂ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ 0161 243 3100 ਇਹ ਫਲੱਡ ਕੰਟਰੋਲ ਰੂਮ ਦਾ ਨੰਬਰ ਹੈ ਅਸੀਂ ਦੁਬਾਰਾ ਰਿਪੀਟ ਕਰਨਾ ਚਾਹਾਂਗੇ 0161 243 3100 0161 2433 100 ਇਹ ਨੰਬਰ ਜਿਹੜਾ ਹੈ ਸਰਕਾਰ ਦੇ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਵੱਲੋਂ ਜਾਰੀ ਕੀਤਾ ਗਿਆ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਜੇਕਰ ਕਿਸੇ ਮੁਸੀਬਤ ਦੇ ਵਿੱਚੋਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਪ੍ਰੋਬਲਮ ਆ ਸਕਦੀ ਹੈ ਜਾਂ ਆ ਚੁੱਕੀ ਹੈ ਤਾਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਾਣਕਾਰੀ ਦੇ ਵੀ ਸਕਦੇ ਹੋ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣਾ ਵੀ ਚਾਹਦੇ ਹੋ ਤਾਂ ਇਹ ਨੰਬਰ ਦਿੱਤਾ ਗਿਆ ਸਮਰਾਲਾ ਦਾ ਨੰਬਰ ਹੈ 01628 262354 ਮੈਂ ਰਿਪੀਟ ਕਰ ਦਿੰਦਾ 01628 262354 ਹੈ ਸਮਰਾਲਾ ਸਬਡਿਵੀਜ਼ਨ ਦਾ ਨੰਬਰ ਜਾਰੀ ਕੀਤਾ ਗਿਆ ਹੈ ਖੰਨਾ ਦਾ ਨੰਬਰ ਹੈ 01628 22691 ਇਸੇ ਤਰ੍ਹਾਂ ਪਾਇਲ ਦਾ ਨੰਬਰ ਹੈ 01628 278892 ਰਾਇਕੋਟ ਦਾ ਨੰਬਰ ਹੈ 01624 264350 ਔਰ ਜਗਰਾਉਂ ਦਾ 01624 223226 ਇਹ ਨੰਬਰ ਜਾਰੀ ਕੀਤੇ ਗਏ ਨੇ ਲਗਾਤਾਰ ਅਸੀਂ ਤੁਹਾਨੂੰ ਇਨਫਾਰਮੇਸ਼ਨ ਦੇ ਰਹੇ ਆ ਸਿਹਤ ਵਿਭਾਗ ਦਾ ਨੰਬਰ ਵੀ ਜਾਰੀ ਕੀਤਾ ਗਿਆ ਬਹੁਤ ਇੰਪੋਰਟੈਂਟ ਹੈ ਨੋਟ ਕਰ ਲਵੋ ਇਹ ਤੁਸੀਂ ਇਸ ਕਰਕੇ ਵੀ ਨੋਟ ਕਰ ਸਕਦੇ ਹੋ ਕਿ ਜੇਕਰ ਕੋਈ ਸਖਾ ਸੰਬੰਧੀ ਤੁਹਾਡਾ ਰਿਸ਼ਤੇਦਾਰ ਕਿਸੇ ਮੁਸੀਬਤ ਚੋਂਦਾ ਹੈ ਤਾਂ ਤੁਹਾਡੇ ਕੋਲੇ ਨੰਬਰ ਲਿਖੇ ਹੋਣ ਤੁਸੀਂ ਅੱਗੇ ਫਾਰਵਰਡ ਕਰ ਸਕੋ ਸਿਹਤ ਵਿਭਾਗ ਦਾ ਨੰਬਰ ਹੈ 0161 2444193 ਸੋ ਇਹ तमाम ਨੰਬਰ ਜਿਹੜੇ ਨੇ ਇੱਕ ਫਲੱਡ ਕੰਟਰੋਲ ਰੂਮ ਦੇ 24 ਘੰਟੇ ਕਾਰ ਚਲ ਰਹੇਗਾ 24 ਘੰਟੇ ਅਧਿਕਾਰੀ ਜਿਹੜੇ ਨੇ ਉਹ ਫਲਡ ਕੰਟਰੋਲ ਰੂਮ ਦੇ ਵਿੱਚ ਬਣੇ ਰਹਿਣਗੇ ਔਰ ਤੁਹਾਡੀ ਜਿਹੜੀ ਗੱਲਬਾਤ ਹੈ ਉਹ ਸੁਣਦੇ ਰਹਿਣਗੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਣੀ ਇਸ ਪੱਧਰ ਦਾ 1988 ਤੋਂ ਬਾਅਦ ਹੁਣ ਨਜ਼ਰ ਆ ਰਿਹਾ ਹੈ ਔਰ ਲੋਕ ਚਿੰਤਤ ਨੇ ਜਿਹੜੇ ਲੋਕ ਇੱਥੇ ਆ ਰਹੇ ਲਗਾਤਾਰ ਲੋਕ ਇੱਥੇ ਬਣੇ ਹੋਏ ਨੇ ਪਿੰਡਾਂ ਨੂੰ ਕਈਆਂ ਨੂੰ ਇਵੈਕੂਏਟ ਕਰਾਇਆ ਗਿਆ ਖਾਲੀ ਕਰਾਇਆ ਗਿਆ ਕਈ ਪਿੰਡਾਂ ਨੂੰ ਔਰ ਸਵੇਰ ਤੋਂ ਲੈ ਕੇ ਹੁਣ ਤੱਕ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਸੋ ਡੇਲੀ ਪੋਸਟ ਤੇ ਤੁਸੀਂ ਲਗਾਤਾਰ ਇਨਫੋਰਮੇਸ਼ਨ ਸੁਣ ਰਹੇ ਹਾਂ ਦੇਖ ਰਹੇ ਹਾਂ ਜੋ ਨੰਬਰ ਜਾਰੀ ਕੀਤੇ ਗਏ ਨੇ ਅਸੀਂ ਉਹ ਨੰਬਰਾਂ ਦੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਕਿ ਸਿਹਤ ਵਿਭਾਗ ਦੇ ਪੁਲਿਸ ਦੇ ਔਰ ਫਲੱਡ ਕੰਟਰੋਲ ਦੇ ਨੰਬਰ ਜਾਰੀ ਕੀਤੇ ਗਏ ਨੇ ਔਰ ਲਾਲ ਲਾਈਨ ਜਿਹੜੀ ਹੈ 778 ਵਾਲੀ ਉਸ ਨੂੰ ਲਗਭਗ ਟੱਚ ਕਰਦਾ ਹੋਇਆ ਹੁਣ ਪਾਣੀ ਅਲਰਟ ਲੈਵਲ ਨੂੰ ਪਾਰ ਕਰਕੇ 778 ਤੇ ਲਗਭਗ ਪਾਣੀ ਹੁਣ ਉਸ ਨੂੰ ਟੱਚ ਕਰਦਾ ਹੋਇਆ ਸੋ ਵੱਡੀ ਖਬਰ ਇਸ ਵੇਲੇ ਅਸੀਂ ਦਿਖਾ ਰਹੇ ਹਾਂ 770 ਤੋਂ 780 ਤੱਕ ਡੇਂਜਰ ਲੈਵਲ ਆ ਜਾਂਦਾ ਹੈ 3 ਫੁੱਟ ਦੀ ਦੂਰੀ ਜਿਹੜੀ ਹੈ 3 ਫੁੱਟ ਦੀ ਉਚਾਈ ਹੈ ਜਿਹੜੀ ਇਹ ਕੱਲ ਰਾਤ ਨੂੰ ਪਾਣੀ ਨੇ 4 ਫੁੱਟ ਕੱਲ ਰਾਤ ਤਕਰੀਬਨ 9 ਵਜੇ ਤੋਂ ਸਵੇਰੇ 10:00 ਵਜੇ ਤੱਕ 4 ਫੁੱਟ ਦੀ ਦੂਰੀ 4 ਫੁੱਟ ਦੀ ਮਾਫ਼ ਕਰਨਾ ਉਚਾਈ ਤੇ ਪਾਣੀ ਚੜਿਆ ਔਰ ਹੁਣ ਵੀ ਡਰ ਇਸ ਗੱਲ ਦਾ ਹੈ ਕਿ ਪਾਣੀ ਪਿੱਛੋਂ ਛੱਡਿਆ ਹੋਇਆ ਉਹ ਇੱਥੇ ਪਹੁੰਚੂਗਾ ਤਾਂ ਹੋਰ ਚੜ ਜੂਗਾ ਸੋ ਲਗਾਤਾਰ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਡੇਲੀ ਪੋਸਟ ਤੇ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਡੇਲੀ ਪੋਸਟ ਵਚਨਬੱਧਾ ਤੁਹਾਨੂੰ ਸਟੀਕ ਤੇ ਸਹੀ ਇਨਫਰਮੇਸ਼ਨ ਦੇਣ ਲਈ ਔਰ ਅਸੀਂ ਲਗਾਤਾਰ ਪੂਰੇ ਪੰਜਾਬ ਤੋਂ ਤੁਹਾਨੂੰ ਸਟੀਕ ਤੇ ਸਹੀ ਇਨਫਰਮੇਸ਼ਨ ਦੇ ਰਹੇ ਆ ਨਾਬਾ ਦੀਆਂ ਅਸੀਂ ਸਵੇਰੇ ਤੁਹਾਨੂੰ ਤਸਵੀਰਾਂ ਦਿਖਾਈਆਂ ਰੋਪੜ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਆਂ ਲੁਧਿਆਣੇ ਦੀਆਂ ਲਗਾਤਾਰ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਔਰ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਰੂਮਰਸ ਫੈਲਾਉਣ ਤੋਂ ਵਰਜਣਾ ਚਾਹੀਦਾ ਹੈ ਹਾਲਾਤ ਪੈਨਿਕ ਵਾਲੇ ਨਹੀਂ ਕ੍ਰਿਟੀਕਲ ਜ਼ਰੂਰ ਨੇ ਔਰ ਚਿੰਤਾ ਦੇ ਹਾਲਾਤ ਜ਼ਰੂਰ ਨੇ ਤਸਵੀਰਾਂ ਉਹ ਦੂਰ ਤੱਕ ਜੇਕਰ ਨਜ਼ਰ ਮਾਰ ਸਕਨ ਕੈਮਰਾਮੈਨ ਕੈਮਰੇ ਦੀ ਅੱਖ ਤੋਂ ਤੁਹਾਨੂੰ ਦਿਖਾਉਣਗੇ ਮੇਰੇ ਸਹਿਯੋਗੀ ਜਗਰੂਪ ਸਿੰਘ ਕਿ ਕਿਸ ਤਰੀਕੇ ਦਾ ਮਾਹੌਲ ਇੱਥੇ ਇਸ ਵੇਲੇ ਬਣਿਆ ਹੋਇਆ ਪਪੂਲਰ ਦੇ ਦਰਖਤ ਜਿਹੜੇ ਲੋਕਾਂ ਨੇ ਲਾਏ ਹੋਏ ਸੀਗੇ ਉਹ ਡੁੱਬਦੇ ਨਜ਼ਰ ਆ ਰਹੇ ਨੇ ਕੁਝ ਕੁ ਸਫੈਦੇ ਦੋ ਚਾਰ ਨਜ਼ਰ ਆ ਰਹੇ ਨੇ ਜਿਹੜੇ ਔਰ ਇਸ ਤੋਂ ਇਲਾਵਾ ਚੋਨੇ ਦੀ ਜਿਹੜੀ ਫਸਲ ਨੇੜੇ-ਟੜੇ ਖੇਤਾਂ ਦੇ ਵਿੱਚ ਜਿਹੜੀ ਸਤਲੁਜ ਦੇ ਵਿੱਚ ਦਰਿਆ ਦੇ ਵਿੱਚ ਖੇਤਾਂ ਦੇ ਵਿੱਚ ਸੀਗੀ ਉਹ ਡੁੱਬ ਗਈ ਹੈ ਪੂਰੀ ਤਰ੍ਹਾਂ। ਔਰ ਕਾਲੀ ਪੱਟੀ ਪੂਰੀ ਤਰ੍ਹਾਂ ਦਿਖਣੀ ਬੰਦ ਹੋ ਗਈ ਹੈ। ਅਲਰਟ ਲੈਵਲ ਦੀ ਕਾਲੀ ਪੱਟੀ ਜੋ ਅਲਰਟ ਲੈਵਲ ਲਿਖਿਆ ਸੀ ਉਹ ਪੂਰੀ ਤਰ੍ਹਾਂ ਦਿਸਣੀ ਬੰਦ ਹੋ ਗਈ ਹੈ। ਸਵੇਰ ਤੋਂ ਅਸੀਂ ਇਸ ਕਾਲੀ ਪੱਟੀ ਤੇ ਨਜ਼ਰ ਬਣਾਏ ਹੋਏ ਸੀਗੇ ਅਲਰਟ ਲੈਵਲ ਲਿਖਿਆ ਹੋਇਆ ਸੀ ਹੁਣ ਉਹ ਪੂਰੀ ਤਰ੍ਹਾਂ ਦੇ ਨਾਲ ਕਾਲੀ ਪੱਟੀ ਦਿਸਣੀ ਬੰਦ ਹੋ ਗਈ ਹੈ ਵੱਡੀ ਖਬਰ ਇਸ ਵੇਲੇ ਦੀ ਡੇਲੀ ਪੋਸਟ ਤੇ ਤੁਸੀਂ ਦੇਖ ਰਹੇ ਹੋ ਕਿ ਉਹ ਕਾਲੀ ਪੱਟੀ ਦਿਸਣੀ ਬੰਦ ਹੋਈ ਹੈ ਤਾਂ ਇਹ ਸਹਿਮ ਦਾ ਮਾਹੌਲ ਜ਼ਰੂਰ ਹੋ ਸਕਦਾ ਲਗਾਤਾਰ ਅਸੀਂ ਇਸ ਖਬਰ ਦੇ ਉੱਤੇ ਬਣੇ ਆ ਕੁਝ ਨੌਜਵਾਨ ਨੇ ਸਾਡੇ ਨਾਲ ਕੁਝ ਸਿਆਣੇ ਲੋਗ ਸਿਆਣੇ ਤਾਂ ਕਹਿ ਦਿੰਦੇ ਆ ਪੰਜਾਬੀ ਵਿੱਚ ਵੱਡੇ ਉਮਰ ਦੇ ਨੂੰ ਸਿਆਣਾ ਵੀ ਕਹਿ ਦਈਦਾ ਹੈ ਬਜ਼ੁਰਗ ਕਹਿਣ ਤੋਂ ਅਗਲਾ ਪਰੇਸ਼ ਕਰਦਾ ਕੀ ਕਹਿਣਾ ਚਾਹੁੰਦੇ ਹੋ ਜੀ ਮਾਹੌਲ ਬਣਿਆ ਡਰਨ ਦੀ ਲੋੜ ਹੈ ਜਾਂ ਅਜੇ ਨਹੀਂ ਦੇਖੋ ਜੀ ਇਹ ਤਾਂ ਹੁਣ ਜਦ ਤੱਕ ਜੇ ਡੇਂਜਰ ਲੈਵਲ ਤੇ ਨਹੀਂ ਉਹਨਾਂ ਚਿਰ ਤਾਂ ਤੱਕ ਤਾਂ ਅਜੇ ਖਤਰੇ ਦੀ ਗੱਲ ਨਹੀਂ ਆ ਪਰ ਫਿਰ ਵੀ ਜਿੱਦਾਂ ਪਾਣੀ ਦਾ ਆਪਾਂ ਵਹਾਅ ਦੇਖ ਰਹੇ ਆ ਬੜੀ ਤੇਜ਼ੀ ਦੇ ਨਾਲ ਆ ਰਿਹਾ ਉਹਦੇ ਹਿਸਾਬ ਨਾਲ ਖਤਰੇ ਦੀ ਨਿਸ਼ਾਨੀ ਵੀ ਹੈ ਇਹ ਤੇ ਜਿਵੇਂ ਆਪਣੇ ਜਲੰਧਰ ਦੇ ਡੀਸੀ ਸਾਹਿਬ ਨੇ ਤਾਂ ਉਹਨਾਂ ਨੇ ਮੇਰੇ ਖਿਆਲ ਕਈ ਜਿਹੜੇ ਸਕੂਲ ਦੇ ਉਹ ਦਿਨ ਰਾਤ ਉਹਨਾਂ ਨੂੰ 24 ਘੰਟੇ ਖੋਲਣ ਦਾ ਜਿਹੜਾ ਹੁਕਮ ਦਿੱਤਾ ਵੀ ਕਿਸੇ ਵੀ ਸਮੇਂ ਜਿਹੜਾ ਹੈ ਕਿਉਂਕਿ ਸ਼ਾਹਕੋਟ ਵਾਲੀ ਸਾਈਡ ਤੋਂ ਕੋਧਰ ਵਾਲੀ ਸਾਈਡ ਇਹ ਜਿਆਦਾ ਪਾਣੀ ਮਾਰ ਕਰਦਾ ਜਾ ਕੇ ਅੱਗੇ ਤੇ ਉਹਨਾਂ ਨੇ ਇਹ 24 ਘੰਟੇ ਉਹਨਾਂ ਨੂੰ ਖੋਲਣ ਲਈ ਕਿਹਾ ਹੈ ਕਿੱਥੇ ਜੀ ਆਪਾਂ ਨੂੰ ਬਹੁਤ ਹੀ ਡਰਨ ਦੀ ਲੋੜ ਹੈ ਜੀ ਦੇਖੋ ਇਹ ਇੱਥੋਂ ਤੱਕ ਅਜੇ ਤੱਕ ਤਾਂ ਸੇਫ ਹੀ ਆ ਜੀ ਬਾਕੀ ਜੇ ਅੱਜ ਰਾਤ ਨੂੰ ਵੀ ਇਸੇ ਤਰ੍ਹਾਂ ਇਸੇ ਫਲੋ ਦੇ ਨਾਲ ਪਾਣੀ ਆਂਦਾ ਰਿਹਾ ਤਾਂ ਫਿਰ ਡਰਨ ਵਾਲੀ ਗੱਲ ਵੀ ਹੈ ਤੇ ਇਹ ਆ ਕਿ ਪਹਿਲਾਂ ਵੀ 2010-11 ਥੋੜੇ ਦਿਨ ਬਾਅਦ ਉਹ ਉਤਰ ਗਿਆ ਸੀ ਹੁਣ ਐਤ ਕੀ ਜਿਹੜਾ ਵਹਾਵ ਤੇਜ ਆ ਪਹਿਲਾਂ ਨਾਲੋਂ ਤੇਜ ਆ ਹਾਂਜੀ ਹਾਂਜੀ ਇੱਕ ਸਰ ਸਵਾਲ ਇਹ ਆ ਕਿ ਕੱਲ ਰਾਤ ਲਗਭਗ 3 ਤੋਂ 4 ਫੁੱਟ ਰਾਤ ਰਾਤ ਚ ਪਾਣੀ ਜਿਹੜਾ ਉਹ ਚੜਿਆ ਹੁਣ ਵੀ ਇਹ ਡਰ ਹੈਗਾ ਕਿ ਅੱਜ ਦੀ ਰਾਤ ਜਿਹੜੀ ਆ ਉਹ ਬੜੀ ਨਾਜ਼ੁਕ ਹੈ ਬਿਲਕੁਲ ਸਹੀ ਤਾਂ ਨਾਜ਼ੁਕ ਬਣੀ ਹੋਈ ਆ ਜੀ ਜਿਵੇਂ ਨਿਊਜ਼ ਵਗੈਰਾ ਵਿੱਚ ਦੱਸ ਰਹੇ ਆ ਵੀ ਪਾਣੀ ਪਿੱਛੋਂ ਡੈਮ ਤੋਂ ਵੀ ਛੱਡਿਆ ਗਿਆ ਸਹੀ ਤਾਂ ਬਿਲਕੁਲ ਨਾਜ਼ੁਕ ਹੀ ਆ ਜੀ ਹੂੰ ਸੋ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਲਗਾਤਾਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਥਿਤੀ ਨਾਜ਼ੁਕ ਬਣੀ ਹੈ ਘਬਰਾਉਣ ਦੀ ਹਾਲੇ ਲੋੜ ਨਹੀਂ ਹੈ ਲਗਾਤਾਰ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਜੇ ਨਹੀਂ ਕਰੂਗਾ ਤਾਂ ਮੀਡੀਆ ਸਵਾਲ ਜ਼ਰੂਰ ਕਰੂਗਾ ਪਰ ਫਿਲਹਾਲ ਉਹਨਾਂ ਦੇ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਨੇ ਤਿਆਰੀ ਪੂਰੀ ਇਸ ਤਰ੍ਹਾਂ ਕਿਹਾ ਜਾ ਰਿਹਾ ਹੈ ਪਰ ਨਜ਼ਰ ਜਿਹੜੀ ਹੈ ਉਹ ਗਰਾਊਂਡ ਤੇ ਕਿੰਨੀ ਕ ਆਉਂਦੀ ਹੈ ਇਹ ਤਾਂ ਤੁਸੀਂ ਦੇਖਿਆ ਹੀ ਹੈ ਔਰ ਲੋਕਾਂ ਦਾ ਇਹ ਵੀ ਗਲ ਹੈ ਕਿ ਬੜਾ ਇੰਪੋਰਟੈਂਟ ਥਾਂ ਸੀਗਾ ਇਹ ਜਿਹੜਾ ਇਹ ਬ੍ਰਿਜ ਹੈ ਦੋਨਾਂ ਹਿੱਸਿਆਂ ਨੂੰ ਜੋੜਨ ਵਾਲਾ ਮਾਲਵੇ ਤੇ ਦੁਆਬੇ ਨੂੰ ਪਰ ਇੱਥੇ ਹਾਲੇ ਤੱਕ ਨਾ ਤਾਂ ਆਸ਼ੂ ਜੀ ਜਿਹੜੇ ਪੂਰੇ ਇਲਾਕੇ ਦਾ ਦੌਰਾ ਕਰਕੇ ਗਏ ਉਹ ਆਏ ਨਾ ਹੀ ਡੀਸੀ ਸਾਹਿਬ ਆਏ ਔਰ ਨਾ ਹੀ ਇੱਥੇ ਕੋਈ ਅਧਿਕਾਰੀ ਹੋਰ ਨਜ਼ਰ ਆਇਆ ਸੋ ਇਹ ਗਿਲਾ ਜ਼ਰੂਰ ਲੋਕਾਂ ਨੂੰ ਇੱਥੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਹੈਗਾ ਲਗਾਤਾਰ ਇਸ ਖਬਰ ਦੇ ਉੱਤੇ ਅਸੀਂ ਬਣੇ ਹੋਏ ਆਂ ਬਣੇ ਰਵਾਂਗੇ ਔਰ ਅਗਲਾ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਪਰ ਪੱਟੀ ਇੱਕ ਵਾਰ ਜਾਂਦੇ ਜਾਂਦੇ ਤੁਹਾਨੂੰ ਜ਼ਰੂਰ ਦਿਖਾਉਣੇ ਆ ਕਿ ਇਹ ਅਲਰਟ ਲੈਵਲ ਵਾਲੀ ਪੱਟੀ ਜਿਹੜੀ ਹੈ ਉਹ ਬਿਲਕੁਲ ਡੁੱਬ ਗਈ ਹੈ ਔਰ ਇਹਦੇ ਨਾਲ ਹੀ ਖਤਰਾ ਜ਼ਰੂਰ ਮੰਡਾ ਰਿਹਾ ਹੈ ਬਣੇ ਰਵਾਂਗੇ ਇਸ ਖਬਰ ਤੇ ਕਿਸ ਤਰ੍ਹਾਂ ਦਾ ਮਾਹੌਲ ਰਹੂਗਾ ਕਿਸ ਤਰ੍ਹਾਂ ਪਾਣੀ ਦਾ ਪੱਧਰ ਜਿਹੜਾ ਉਹ ਵੱਧਦਾ ਹੈ ਘਟਦਾ ਹੈ ਕਿ ਹਾਲਾਤ ਰਹਿਣ ਵਾਲੇ ਨੇ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ